ਇਹ ਕਿ ਦੇਖੋ ਕਿੰਨੀ ਸੋਹਣੀ ਕਿੰਨੀ ਖੂਬਸੂਰਤ ਤਸਵੀਰ ਇਸ ਬਾਪੂ ਦੀ ਬਣੀ ਆ ਕਿ ਕੁਦਰਤ ਦੀ ਗੋਦ ਦੇ ਵਿੱਚ ਬਾਪੂ ਆਰਾਮ ਨਾਲ ਸੁੱਤਾ ਪਿਆ ਆ। ਮਤਲਬ ਸ਼ੇਰ ਨੂੰ ਛੱਡ ਕੇ ਸਾਰੇ ਇੱਥੇ ਜਾਨਵਰ ਜਾਨਵਰ ਆ, ਸ਼ੇਰ ਨਹੀਂ ਹੈ। ਉਹ ਸੱਪ ਵੀ ਹੁੰਦੇ ਬਾਪੂ? ਹਾਂ, ਸੱਪ ਬਥੇਰੇ, ਮੋਰ ਬਥੇਰੇ, ਫੁੱਲ ਚੀਜ਼ ਆ, ਨਿਓਲਾ ਚਾਹਾ ਸਭ ਹੈ। ਤੁਸੀਂ ਇਸ ਜਿਸ ਤਰ੍ਹਾਂ ਥੱਲੇ ਪਏ ਹੋਏ ਆ, ਝਾੜ ਆ ਇੰਨਾ ਜ਼ਿਆਦਾ, ਮਤਲਬ ਥੱਲੇ ਖੱਬਲ ਵਗੈਰਾ ਘਾਹ ਵਗੈਰਾ, ਕਦੇ ਡਰ ਨਹੀਂ ਲੱਗਦਾ ਸੱਪ ਵਗੈਰਾ? ਹਾਂ, ਸੱਪ ਤਾਂ ਦੇਖ ਕੇ ਸਾਨੂੰ ਅੱਖਾਂ ਮੀਚ ਜਾਂਦਾ, ਅਸੀਂ ਬਲੇਟ ਦਿੰਦੇ ਹਾਂ ਉਹਦੀ। ਸੱਪ ਨੂੰ ਮਾਰ ਦਿੰਦੇ, ਬਾਕੀ ਛੱਡ ਦਿੰਦੇ ਹਾਂ? ਕਿਸੇ ਚੀਜ਼ ਨੂੰ ਨਹੀਂ ਹੋਰ ਮਾਰਦੇ। ਸੱਪ ਦਾ ਐਂ ਹੈ ਵੀ ਇਹਦਾ ਮਾਰੇ ਦਾ ਪੁੰਨ ਹੈ, ਢਿੱਡ ਖਸਾਉਂਦਾ ਧਰਤੀ, ਮਾਰੇ ਬਿਨਾਂ ਮਰਦਾ। ਸਾਡੇ ਲੋਕ ਆ ਇਹਨੂੰ ਮੰਨਦੇ ਹੈ, ਅਤੇ ਇਹਦੀ ਝੂਠੀ ਕੋਈ ਸਹੁੰ ਨਹੀਂ ਖਾਂਦਾ। ਸਹੁੰ ਵੀ ਇੱਥੇ ਝੂਠੀ ਨਹੀਂ ਖਾਂਦਾ? ਨਹੀਂ ਖਾਂਦਾ ਜੀ। ਕਦੇ ਫਿਰ ਕਿਸੇ ਦਾ ਨੁਕਸਾਨ ਵੀ ਹੈ ਜੀ ਕਿਸੇ ਨੇ? ਸਾਡੇ ਪਿੰਡ ਇੱਥੇ ਕਿਸੇ ਨੇ ਕਿਸੇ ਦੀਆਂ ਟੂਮਾਂ ਚੱਕ ਲਈਆਂ ਸੀ, ਬਾਬਿਆਂ ਨੇ ਕਿਹਾ ਸੀ ਵੀ ਸਹੁੰ ਨਾ ਪਾ। ਉਹ ਬੰਦੇ ਨੇ ਸਹੁੰ ਪਾਤੀ, ਉਹਦਾ ਮੁੰਡਾ ਇੱਥੇ ਮਰ ਗਿਆ ਸੀ, ਛੋਟਾ ਜਿਹਾ। ਕੋਈ ਮਤਲਬ ਕਿ ਦੇਖੋ ਕਿੰਨੀ ਸ਼ਾਂਤੀ, ਜਿਸ ਬੰਦਾ ਕਹਿੰਦਾ ਜ਼ਿੰਦਗੀ 'ਚ ਆਨੰਦ ਲੈਣਾ ਆ, ਜ਼ਿੰਦਗੀ 'ਚ ਸਵਾਦ ਲੈਣਾ ਆ, ਤਾਂ ਇਹ ਆਨੰਦ ਆ। ਸਾਰੀ ਜ਼ਿੰਦਗੀ ਬੰਦਾ ਪੈਸੇ ਕਮਾਉਂਦਾ, ਨੱਠਦਾ ਭੱਜਦਾ ਆਨੰਦ ਦੇ ਮਗਰ, ਪਰ ਬਾਪੂ ਜੀ ਨੇ ਤਾਂ ਫ੍ਰੀ 'ਚ ਆਨੰਦ ਭਾਲੀ ਫਿਰਦੇ। ਕਦੇ ਕਦੇ ਰਾਤ ਵੀ ਰੁਕ ਜਾਂਦੇ? ਨਾ, ਨਹੀਂ, ਰਾਤ ਨਹੀਂ ਰੁਕੇ। ਰਾਤ ਕਦੇ ਕੋਈ ਨਹੀਂ ਰੁਕਦਾ ਇੱਥੇ? ਨਾ। ਇਹ ਕਿਉਂ ਜੀ? ਇਹ ਜਗ੍ਹਾ ਗਈ ਭਾਈ ਭਾਤੂ ਦੀ, ਨਹੀਂ ਕੋਈ ਨਹੀਂ ਇਹਨੂੰ ਵੜਦਾ, ਨਾ ਲੱਕੜ ਵੀ ਆਵੇ ਕੋਈ ਘਰੇ। ਕੋਈ ਮਾਨਤਾ ਇਸ ਤਰ੍ਹਾਂ? ਸ਼ਕਤੀ ਹੈ ਜੀ ਬਾਬੇ ਦੀ। ਕੀ ਮਾਨਤਾ ਬਾਪੂ ਜੀ? ਜੇ ਮੰਨ ਲਓ ਕੋਈ ਵੱਢ ਲੂਗਾ ਫਿਰ ਕੀ ਹੋਊਗਾ? ਉਹਦਾ ਨੁਕਸਾਨ ਹੋ ਜਾਂਦਾ ਜੀ। ਕਦੇ ਇੱਦਾਂ ਹੋਇਆ ਵੀ? ਹਾਂ, ਬਹੁਤ ਜ਼ਿਆਦਾ ਪਿੰਡ ਜੀ ਹੋਇਆ, ਬਹੁਤ ਦੋ ਤਿੰਨ ਵਾਰੀ ਕਹਿ ਸਕਦੇ। ਇਹ ਜੀ ਮਤਲਬ ਆਪਦੀ ਸੰਭਾਲ ਆਪ ਹੀ ਕਰਦੇ ਆ, ਇਹ ਜਿਉਂ ਦੁਨੀਆਂ ਸਾਜੀ ਹੈ ਉਦੋਂ ਦੇ ਹੀ ਹੈ। ਠੀਕ ਹੈ ਜੀ। ਇਹ ਕੋਈ ਐਂ ਨਹੀਂ ਵੀ ਹੁਣ ਲਾਏ ਹੈ। ਹਾਂਜੀ, ਤਾਂ ਅੱਜ ਅਸੀਂ ਨਾ ਬਠਿੰਡੇ ਦੇ ਇੱਕ ਬਹੁਤ ਹੀ ਸੋਹਣੇ, ਬਹੁਤ ਹੀ ਪਿਆਰੇ ਪਿੰਡ ਦੇ ਵਿੱਚ ਪਹੁੰਚੇ ਹਾਂ। ਪਿੰਡ ਦਾ ਨਾਂ ਗੋਬਿੰਦਪੁਰ ਆਇਆ, ਜਿੱਥੇ ਇੱਕ ਬਹੁਤ ਵੱਡੀ ਝੜੀ ਬਣਾਈ ਗਈ ਆ। ਤੁਸੀਂ ਗੂਗਲ ਮੈਪ 'ਤੇ ਵੀ ਜੇ ਦੇਖਦੇ ਹੋ ਨਾ, ਉਸ ਪਿੰਡ ਦੇ ਵਿੱਚ ਬਹੁਤ ਹੀ ਸੋਹਣੀ, ਪੂਰਾ ਪਿੰਡ ਮਤਲਬ ਕਿ ਝੜੀ ਆ, ਬਹੁਤ ਸੋਹਣੇ ਵੱਖੋ ਵੱਖਰੇ ਤਰ੍ਹਾਂ ਦੇ ਦਰੱਖਤ ਲਾਏ ਪਿੰਡ ਵਿੱਚ, ਹੋਰ ਬਹੁਤ ਸਾਰੀਆਂ ਕ੍ਰੀਏਟਿਵਿਟੀਆਂ ਇਸ ਤਰ੍ਹਾਂ ਦੀਆਂ ਕੀਤੀਆਂ ਜਿਹੜੀਆਂ ਵਾਤਾਵਰਨ ਨੂੰ ਸਾਂਭਣ ਵਾਲੀਆਂ ਆ। ਤੁਹਾਨੂੰ ਅੱਜ ਉਸ ਪਿੰਡ ਦੇ ਵਿੱਚ ਲੈ ਕੇ ਚੱਲਿਆ, ਪਰ ਉਸ ਪਿੰਡ ਦੀ ਐਂਟਰੀ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਕਿ ਉਸ ਪਿੰਡ ਦੀ ਐਂਟਰੀ ਦੇ ਵਿੱਚ ਕਿਹੋ ਜਿਹਾ ਮਾਹੌਲ ਆ, ਕਿਸ ਤਰ੍ਹਾਂ ਉਸ ਪਿੰਡ ਦੀ ਐਂਟਰੀ ਵਿੱਚ ਸਟਾਰਟਿੰਗ 'ਚ ਹੀ ਤੁਹਾਨੂੰ ਦਰੱਖਤ ਹੀ ਦਰੱਖਤ ਦਿਖ ਜਾਣੇ। ਬਹੁਤ ਸੋਹਣਾ ਇੱਥੇ ਚੋਹ ਬਣਿਆ, ਮੈਂ ਕੈਮਰਾ ਮੈਨੂੰ ਇੱਕ ਵਾਰ ਕਹਿ ਦੂੰਗਾ ਕਿ ਕੈਮਰਾ ਘੁੰਮਾ ਦੇਵੇ। ਆ ਸਟਾਰਟਿੰਗ ਵਿੱਚ ਆ ਸੋਹਣਾ ਜਿਹਾ ਇੱਕ ਨਹਿਰ ਜਿਹੜੀ ਇੱਥੋਂ ਨਿਕਲਦੀ ਆ, ਇਹ ਨਹਿਰ ਦੇ ਵਿੱਚ ਪਾਣੀ ਆ, ਨਾਲੇ ਕਿਤੇ ਚੋਹ ਬਣਿਆ ਵਾ, ਬਹੁਤ ਸੋਹਣਾ ਇਹ ਪਿੰਡ ਦੇ ਵਿੱਚ ਐਂਟਰ ਜਦੋਂ ਬੰਦਾ ਹੋ ਜਾਂਦਾ ਆ, ਸੜਕ ਜਿਹੜੀ ਆ ਫਿਰ ਕਹਿ ਸਕਦੇ ਹਾਂ ਕਿ ਫਿਰਨੀ ਨੂੰ ਜਿਹੜੀ ਆ ਸੜਕ ਜਾਂਦੀ ਆ, ਤਾਂ ਉਹ ਇਹ ਸੜਕ ਆ, ਇੱਕ ਪਾਸੇ ਆ ਨਹਿਰ ਬਣੀ ਹੋਈ ਆ, ਦੂਸਰੇ ਪਾਸੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਕਿ ਇਹ ਨਾਲ ਨਾਲ ਸੜਕ ਜਿਹੜੀ ਜਾਊਗੀ, ਪਿੱਛੇ ਚੋਹ ਸੀਗਾ, ਉਹ ਚੋਹ ਪਿੱਛੇ ਰਹਿ ਗਿਆ, ਆਪਾਂ ਕੈਮਰੇ 'ਚੋਂ ਨਹੀਂ ਲੈ ਪਾਏ, ਤਾਂ ਇਹ ਜਦੋਂ ਆ ਪਿੰਡ ਨੂੰ ਸੜਕ ਜਾਂਦੀ ਆ, ਇਸ ਦੀ ਤਕਰੀਬਨ ਇੱਥੋਂ ਅੱਧਾ ਪੌਣਾ ਕਿਲੋਮੀਟਰ ਦੀ ਦੂਰੀ 'ਤੇ ਪਿੰਡ ਆ, ਤਾਂ ਪਿੰਡ ਦੇ ਸਾਰੇ ਸੜਕ ਦੇ ਉੱਤੇ ਤੁਹਾਨੂੰ ਦਰੱਖਤ ਹੀ ਦਰੱਖਤ ਨਜ਼ਰ ਆਉਣੇ ਨੇ। ਕਿਉਂਕਿ ਪਹਿਲਾਂ ਵਾਲੇ ਆਪਾਂ ਸਮੇਂ ਦੀ ਗੱਲ ਕਰ ਲਈਏ, ਅੱਜ ਤੋਂ 5-10 ਸਾਲ ਪਹਿਲਾਂ ਪਿੰਡਾਂ ਵਿੱਚ ਇਹ ਦਰੱਖਤ ਆਮ ਦੇਖਣ ਨੂੰ ਮਿਲਦੇ ਸੀ, ਪਰ ਹੁਣ ਦਰੱਖਤ ਜਿਹੜੇ ਆ ਬਹੁਤ ਜ਼ਿਆਦਾ ਘੱਟ ਰਹੇ ਨੇ। ਆ ਤਸਵੀਰ ਦੇਖੋ ਤੁਸੀਂ ਕਿੰਨੇ ਸੋਹਣੇ ਫੁੱਲ ਲਾਏ ਹੋਏ ਨੇ, ਆ ਤੁਣ ਦਾ ਬੂਟਾ ਲਾਇਆ ਵਾ, ਵੱਖੋ ਵੱਖਰੇ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦਾ ਬੂਟਾ ਇਸ ਪਿੰਡ ਦੀ ਫਿਰਨੀ ਉੱਤੇ ਤੁਹਾਨੂੰ ਦੇਖਣ ਨੂੰ ਮਿਲ ਜਾਣਾ ਹੈ। ਨਹਿਰ ਆ, ਨਹਿਰ ਦੇ ਉੱਤੇ ਵੀ ਕਾਫੀ ਸਾਰੇ ਬੂਟੇ ਨੇ, ਬਹੁਤ ਹੀ ਪਿਆਰਾ ਮਤਲਬ ਪਿੰਡ ਆ। ਝਿੜੀ ਦੇ ਨਾਂ ਤੋਂ ਮਸ਼ਹੂਰ ਆ, ਮਤਲਬ ਇਹ ਗੋਬਿੰਦਪੁਰ ਆ, ਝਿੜੀ ਵੀ ਇਸਨੂੰ ਕਿਹਾ ਜਾਂਦਾ ਕਿਉਂਕਿ ਇੱਥੇ ਬਹੁਤ ਹੀ ਸੋਹਣੀ ਝਿੜੀ ਜਿਹੜੀ ਆ ਉਹ ਹੈਗੀ ਆ, ਕਾਫੀ ਸਾਰੇ ਦਰੱਖਤ ਆ, ਅਤੇ ਵਾਤਾਵਰਨ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਇਹਨਾਂ ਨੇ ਸਾਂਭਿਆ ਹੋਇਆ ਵਾ। ਇਸ ਤੋਂ ਇਲਾਵਾ ਹੋਰ ਵੀ ਪਿੰਡ 'ਚ ਕਾਫੀ ਸਾਰੀਆਂ ਕ੍ਰੀਏਟਿਵਿਟੀਆਂ ਨੇ। ਆ ਦੇਖੋ ਕਿੰਨਾ ਸੋਹਣਾ ਪਿੰਡ ਆ, ਕਾਫੀ ਸਾਰੇ ਤੁਹਾਨੂੰ ਦਰੱਖਤ ਜਿਹੜੇ ਵੱਖੋ ਵੱਖਰੇ ਤਰ੍ਹਾਂ ਦੇ, ਵੱਖੋ ਵੱਖਰੇ ਕਿਸਮਾਂ ਦੇ ਦਰੱਖਤ, ਫੁੱਲ ਬੂਟੀਆਂ ਤੁਹਾਨੂੰ ਆਮ ਹੀ ਜਿਹੜੀਆਂ ਨਜ਼ਰ ਆ ਰਹੀਆਂ ਨੇ। ਇਹ ਪਿੰਡ ਦੀ ਖਾਸੀਅਤ ਆ ਇਸ ਪਿੰਡ ਦੀ, ਅਤੇ ਪਿੰਡ ਵਿੱਚ ਬਹੁਤ ਸਾਰੇ ਲੋਕ ਘੁੰਮਣ ਵੀ ਆਉਂਦੇ ਨੇ,
ਵੈਸੇ ਤਾਂ ਆਪਾਂ ਸਾਰਿਆਂ ਨੂੰ ਸਹਿਯੋਗ ਕਰਕੇ ਹਰੇਕ ਪਿੰਡ ਦੇ ਵਿੱਚ ਅਜਿਹਾ ਹੀ ਮਾਹੌਲ ਬਣਾਉਣਾ ਚਾਹੀਦਾ, ਇੱਦਾਂ ਦਾ ਸਭ ਕੁਝ, ਮਤਲਬ ਕਿ ਆਪਣਾ ਪਿੰਡ ਸੋਹਣੇ ਸੋਹਣੇ ਇੱਦਾਂ ਦੇ ਪਿੰਡ ਬਣਾਉਣੇ ਚਾਹੀਦੇ ਆ। ਆ ਦੇਖੋ ਇਹ ਪੰਜਾਬ ਦੇ ਪਿੰਡਾਂ ਦੀ ਨੁਹਾਰ ਆ, ਇਹ ਨੁਹਾਰ ਸਾਨੂੰ ਹੋਰ ਬਾਹਰ ਨਹੀਂ ਕਿਤੇ ਮਿਲਣੀ। ਮੈਂ ਕੈਮਰਾਮੈਨ ਕਹੂੰਗਾ ਇੱਕ ਵਾਰ ਬਾਹਰ ਆਲੇ ਦੁਆਲੇ ਵੀ ਜੇ ਘੁੰਮਾ ਸਕਦੇ ਆ ਤਾਂ ਘੁੰਮਾ ਦੇਵੇ ਕਵਰ ਕਰਨ ਦੇ ਲਈ। ਦੇਖੋ ਆ ਝੋਨਾ ਲੱਗਿਆ ਵਾ, ਹੈ ਨਾ, ਇਹ ਸਾਡੇ ਪਿੰਡ ਦੀ ਕਿੰਨੀ ਸੋਹਣੀ ਨੁਹਾਰ ਆ, ਸਾਡੇ ਪਿੰਡਾਂ ਦੀ ਆਲੇ ਦੁਆਲੇ ਦਰਖਤ ਹੀ ਦਰਖਤ ਖੇਤਾਂ ਦੇ ਵਿੱਚ ਨੇ, ਹੈ ਨਾ। ਅਤੇ ਇਹ ਸਾਰਾ ਰਸਤਾ ਸਿੱਧਾ ਗੋਬਿੰਦਪੁਰਾ ਪਿੰਡ ਨੂੰ ਲੈ ਜਾਊਗਾ। ਬਾਕੀ ਇਹ ਹੈਗਾ ਇਹਦੀ ਐਂਟਰੀ ਪੁਆਇੰਟ ਹੈ ਇੱਥੇ। ਤਾਂ ਆ ਦੇਖੋ ਹੁਣ ਅਸੀਂ ਇੱਧਰ ਅੰਦਰ ਐਂਟਰ ਹੋ ਗਏ ਹਾਂ। ਇੱਥੋਂ ਵੈਸੇ ਤੁਰ ਕੇ ਜਾਣਾ ਹੁੰਦਾ ਆ, ਲੇਕਿਨ ਆਪਾਂ ਗੱਡੀ ਇੱਧਰ ਨੂੰ ਵਾੜ ਲਈ ਹੈ। ਬਾਕੀ ਤਾਂ ਹਜੇ ਬਾਕੀ ਸਾਨੂੰ ਪਤਾ ਨਹੀਂ ਇਹਦੇ ਬਾਰੇ, ਅੱਗੇ ਜਾ ਕੇ ਪਤਾ ਲੱਗੂਗਾ। ਦੇਖੋ ਕਿੰਨੀ ਸੋਹਣੀ ਝਿੜੀ ਬਣੀ ਹੋਈ ਆ, ਪੁਰਾਣੇ ਦਰਖਤ ਨੇ, ਕਿੱਕਰ ਵਗੈਰਾ ਆ, ਹੈ ਨਾ, ਹੋਰ ਕਾਫੀ ਸਾਰੇ ਦਰਖਤਾਂ ਦੇ ਸਾਨੂੰ ਜਿਹੜੇ ਆ ਨਾਮ ਨਹੀਂ ਪਤਾ ਆ। ਇਹ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ 200 ਸਾਲ ਤੱਕ ਦੇ ਪੁਰਾਣੇ ਜਿਹੜੇ ਆ ਇਹਦੇ ਵਿੱਚ ਦਰਖਤ ਲੱਗੇ ਹੋਏ ਨੇ, ਬਹੁਤ ਹੀ ਸੋਹਣੇ ਦਰਖਤ ਨੇ। ਅਤੇ ਪਿੰਡ ਦੀ ਇੱਕ ਖਾਸੀਅਤ ਆ ਇਸ ਪਿੰਡ ਦੀ, ਇਸ ਇੱਕ ਝਿੜੀ ਨੇ ਹੀ ਇਸ ਪਿੰਡ ਨੂੰ ਪੂਰੇ ਗੂਗਲ ਦੇ ਉੱਤੇ ਇਸ ਨੂੰ ਜਿਹੜਾ ਆ ਚਮਕਾਇਆ ਪਿਆ ਇਸ ਪਿੰਡ ਨੂੰ। ਪਿੰਡ ਦੇ ਵਿੱਚ ਹੋਰ ਇਹ ਜਿਹੜੀ ਝਿੜੀ ਦੇ ਅੰਦਰ ਹੋਰ ਵੀ ਦੱਸਿਆ ਜਾ ਰਿਹਾ ਬੱਤਕਾਂ ਵਗੈਰਾ ਰੱਖੀਆਂ, ਛੋਟੀਆਂ ਛੋਟੀਆਂ ਲੇਕ ਵਗੈਰਾ ਬਣਾਈਆਂ ਹੋਈਆਂ ਨੇ। ਅਤੇ ਪਿੰਡ ਨੇ ਕਦੇ ਵੀ ਇਹਦੇ ਵਿੱਚੋਂ ਇੱਕ ਦਰਖਤ ਤੱਕ ਨਹੀਂ ਪੁੱਟਿਆ ਹੈਗਾ ਆ। ਆ ਦੇਖੋ ਸਾਰਾ ਦ੍ਰਿਸ਼ ਕਿੰਨਾ ਸੋਹਣਾ ਆ, ਇਹ ਸਾਰਾ ਦੇਖਣ ਵਾਲਾ ਆ। ਅਤੇ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਪਹਿਲਾਂ ਜੰਗਲਾਂ ਦੇ ਹੇਠ ਰਕਬਾ ਬਹੁਤ ਵੱਡੀ ਗਿਣਤੀ ਵਿੱਚ ਹੁੰਦਾ ਸੀ, ਉਹਦੀ ਘੇਰਾ ਬਹੁਤ ਵੱਡਾ ਹੁੰਦਾ ਸੀਗਾ। ਅਤੇ ਖਾਸ ਕਰਕੇ ਜੇ ਆਪਾਂ ਵਣ ਵਿਭਾਗ ਦੀ ਗੱਲ ਕਰ ਲਈਏ ਜਾਂ ਮੌਸਮ ਵਿਭਾਗ ਦੀ ਗੱਲ ਕਰ ਲਈਏ, ਨਾ, ਉਹਨਾਂ ਦੇ ਵੱਲੋਂ ਕਿਹਾ ਵੀ ਗਿਆ ਕਿ ਘੱਟੋ ਘੱਟ ਧਰਤੀ ਦਾ 33% ਹਿੱਸਾ ਜਿਹੜਾ ਉਹ ਜੰਗਲਾਂ ਦੇ ਹੇਠ ਹੋਣਾ ਚਾਹੀਦਾ, ਦਰੱਖਤਾਂ ਦੇ ਹੇਠ ਹੋਣਾ ਚਾਹੀਦਾ। ਪਰ ਹੁਣ ਜੇ ਆਪਾਂ ਇਸ ਵੇਲੇ ਦੇ ਪੰਜਾਬ ਦੀ ਗੱਲ ਕਰੀਏ ਤਾਂ ਉਹ 20% ਤੋਂ ਵੀ ਘੱਟ ਰਕਬਾ ਦੱਸਿਆ ਜਾ ਰਿਹਾ ਆ। ਹੁਣ ਅਸੀਂ ਇਸ ਵੇਲੇ ਇਸ ਝਿੜੀ ਦੇ ਵਿੱਚ ਐਂਟਰ ਹੋ ਚੁੱਕੇ ਹਾਂ, ਅਤੇ ਇਹ ਪਤਾ ਨਹੀਂ ਹੁਣ ਕਿੱਧਰੋਂ ਕਿੱਧਰ ਨੂੰ ਜਾਂਦੀ ਆ ਜਾਂ ਕਿਵੇਂ ਆ ਰਸਤਾ, ਆਪਾਂ ਲੱਭਣ ਦੀ ਕੋਸ਼ਿਸ਼ ਸਾਡੇ ਵੱਲੋਂ ਕੀਤੀ ਜਾ ਰਹੀ ਹੈਗੀ। ਤਾਂ ਦੇਖੋ ਇੱਥੇ ਬਹੁਤ ਸਾਰੇ ਜਾਨਵਰ ਵੀ ਹੋਣੇ ਨੇ, ਬਹੁਤ ਸਾਰੇ ਪੰਛੀਆਂ ਦਾ ਇੱਕ ਘਰ ਆ, ਕੁਦਰਤ ਆ, ਇਹ ਕੁਦਰਤ ਦਾ ਇੱਕ ਘਰ ਆ, ਕੁਦਰਤੀ ਨਿਆਮਤ ਆ ਇਹ, ਕਿੰਨੀ ਸੋਹਣੀ। ਦੇਖੋ ਆਪਾਂ ਹੌਲੀ ਹੌਲੀ ਅੱਗੇ ਵੱਧਦੇ ਜਾ ਰਹੇ ਹਾਂ। ਦਰਖਤ ਹੁਣ ਇਹ ਪਤਾ ਨਹੀਂ ਹੁਣ ਕਿਸ ਚੀਜ਼ ਦਾ ਦਰਖਤ ਆ, ਕਿਉਂਕਿ ਜਿਹੜਾ ਕੋਈ ਬੰਦਾ ਅਗਰ ਸਾਨੂੰ ਇੱਥੇ ਮਿਲਦਾ ਆ ਤਾਂ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਕਿ ਦਰਖਤ ਕਾਹਦੇ ਲੱਗੇ ਹੋਏ ਨੇ, ਕਿਉਂਕਿ ਇਹ ਦਰਖਤ ਬਹੁਤ ਹੀ ਅਲੱਗ ਜਿਹੇ ਨੇ, ਇਹਨਾਂ ਦਾ ਨਾਮ ਤਾਂ ਸਾਨੂੰ ਨਹੀਂ ਪਤਾ। ਅਤੇ ਇਹ ਰਸਤਾ ਕਾਫੀ, ਮਤਲਬ ਕਾਫੀ ਕਿੱਲਿਆਂ ਦੇ ਵਿੱਚ ਫੈਲੇ ਹੋਏ ਦਰਖਤ ਨੇ ਇਹ। ਦੇਖੋ ਇਹ ਸਾਰੇ ਇੱਕ ਪੁਰਾਣੇ ਪੰਜਾਬ 'ਚ ਜਿਸ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਕਿਤਾਬਾਂ ਦੇ ਵਿੱਚ ਜਿਸ ਪੰਜਾਬ ਨੂੰ ਪੜ੍ਹਦੇ ਹਾਂ, ਉਸ ਪੰਜਾਬ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ। ਜਦੋਂ ਪਹਿਲਾਂ ਵਾਲੇ ਸਮੇਂ 'ਚ ਲੋਕ ਤੁਰ ਕੇ ਜਾਂਦੇ ਹੁੰਦੇ ਸੀਗੇ, ਜਿੱਥੇ ਸਾਡੇ ਖੇਤ ਆ, ਜਿੱਥੇ ਸਾਡੇ ਅਸੀਂ ਹੁਣ ਖੇਤੀ ਕਰਦੇ ਹਾਂ, ਉੱਥੇ ਅਜਿਹਾ ਮਾਹੌਲ ਹੁੰਦਾ ਸੀਗਾ, ਜਿੱਥੇ ਸਾਡੀਆਂ ਸੜਕਾਂ ਬਣ ਚੁੱਕੀਆਂ, ਜਿੱਥੇ ਅਸੀਂ ਘਰ ਬਣਾ ਚੁੱਕੇ ਹਾਂ, ਉੱਥੇ ਇੱਦਾਂ ਦੀ ਝਿੜੀ ਜਿਹੜੀਆਂ ਝਿੜੀਆਂ ਹੁੰਦੀਆਂ ਸੀ, ਲੋਕ ਤੁਰ ਕੇ, ਉਸ ਵੇਲੇ ਤਾਂ ਲੋਕ ਰਾਤ ਨੂੰ ਵੀ ਤੁਰ ਕੇ ਚਲੇ ਜਾਂਦੇ ਸੀ। ਉਹ ਸਾਹਮਣੇ ਇੱਕ ਬਜ਼ੁਰਗ ਬੈਠੇ ਨੇ, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਸੰਪਰਕ ਕਰਨ ਦੀ, ਕਿਉਂਕਿ ਇੱਥੇ ਪਸ਼ੂ ਚਾਰਨ ਆਏ ਹੋਏ ਨੇ ਲੋਕ। ਅਸੀਂ ਹੁਣ ਗੱਡੀ ਉੱਧਰਲੇ ਪਾਸੇ ਨੂੰ ਇੱਕ ਵਾਰ ਲੈ ਜਾਂਦੇ, ਹੁਣ ਇੱਕ ਵਾਰ ਆਪਾਂ ਗੱਡੀ 'ਚੋਂ ਹੇਠਾਂ ਉਤਰੀ ਹਾਂ ਨਾ ਦਵਿੰਦਰ ਭਾਈ, ਗੱਡੀ 'ਚੋਂ ਉਤਰਦੇ ਹਾਂ, ਕੀ ਕਹਿੰਦਾ ਦਵਿੰਦਰ, ਹੈ ਨਾ, ਇਹ ਗੱਡੀ ਸ਼ਾਮੇ ਲਾ ਦਿੰਦੇ ਹਾਂ। ਉਹ ਲੋਕ ਜਿਹੜੇ ਆ ਪਸ਼ੂ ਚਾਰ ਰਹੇ ਨੇ, ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹੁਣ ਲੋਕਾਂ ਦਾ ਕੀ ਕਹਿਣਾ ਇਹਦੇ ਬਾਰੇ 'ਚ। ਦੇਖੋ ਕਿੰਨੀ ਸੋਹਣੀ ਜਿਹੜੀ ਇੱਥੇ ਝਿੜੀ ਬਣੀ ਹੋਈ ਆ, ਕਿੰਨਾ ਸੋਹਣਾ ਇੱਥੇ ਮਾਹੌਲ। ਦੇਖੋ ਵਾਤਾਵਰਨ ਕੁਦਰਤ ਦੀ, ਆਪਾਂ ਇੱਕ ਕੁਦਰਤ ਛਾਂ ਹੇਠਾਂ, ਕੁਦਰਤ ਦੇਖੋ ਕੁਦਰਤ ਦੀ ਗੋਦ 'ਚ ਬੈਠੇ ਹੋਏ ਨੇ, ਚਾਰੇ ਪਾਸੇ ਸ਼ਾਂਤੀ ਸ਼ਾਂਤੀ, ਕਿੰਨਾ ਸੋਹਣਾ ਮਾਹੌਲ ਆ, ਕਿੰਨਾ ਵਧੀਆ, ਹੈ ਨਾ, ਲੱਗ ਰਿਹਾ। ਘਾਹ ਆ ਚਾਰੇ ਪਾਸੇ, ਦਰਖਤ ਆ, ਤਾਜ਼ੀ ਹਵਾ ਆ, ਉਹ ਸਾਹਮਣੇ ਦੇਖੋ ਲੋਕਾਂ ਨੇ ਪਸ਼ੂ ਬੰਨੇ ਹੋਏ ਨੇ। ਆ ਪਸ਼ੂ ਦੇਖਿਓ ਇੱਕ ਵਾਰ, ਦਵਿੰਦਰ ਬਾਈ ਦਿਖਾ ਦਿਓ ਇੱਕ ਵਾਰ, ਦੇਖੋ ਪਸ਼ੂ ਬੰਨੇ ਹੋਏ, ਪਸ਼ੂ ਕਿੰਨੇ ਪਿਆਰੇ ਪਸ਼ੂ ਲੱਗ ਰਹੇ ਨੇ।
ਕੁਦਰਤ ਦੀ ਗੋਦ ਦੇ ਵਿੱਚ ਬੈਠੇ ਹੋਏ ਇੱਥੇ ਲੋਕ ਆ, ਉਹ ਸਾਹਮਣੇ ਬਜ਼ੁਰਗ ਆ। ਬਜ਼ੁਰਗ ਦੇ ਨਾਲ ਆਪਾਂ ਗੱਲਬਾਤ ਕਰਕੇ ਦੇਖਦੇ ਹਾਂ ਇੱਕ ਵਾਰ ਕੀ ਕਹਿੰਦੇ ਨੇ ਬਜ਼ੁਰਗ ਇਸ ਬਾਰੇ ਦੇ ਵਿੱਚ, ਵੀ ਕਿਵੇਂ ਕਿੰਨੇ ਸਾਲ ਪੁਰਾਣੀ, ਕਿਉਂਕਿ ਬਜ਼ੁਰਗਾਂ ਨੂੰ ਜ਼ਿਆਦਾ ਪਤਾ ਹੁੰਦਾ ਇਸ ਝਿੜੀ ਦੇ ਬਾਰੇ। ਵੈਸੇ ਅਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਹਾਂ, ਇਹਨਾਂ ਪਸ਼ੂਆਂ ਦੇ ਨਾਲ ਸਾਡਾ ਵੀ ਪੁਰਾਣਾ ਵਾਹ ਆ। ਸਤਿ ਸ਼੍ਰੀ ਅਕਾਲ ਬਾਪੂ ਜੀ। ਹੋਰ ਜੀ ਬਾਪੂ ਜੀ ਠੀਕ ਠਾਕ ਹੋ ਜੀ? ਚੜ੍ਹਦੀ ਕਲਾ ਜੀ। ਇੱਥੇ ਬਾਪੂ ਜੀ ਆਪਣਾ ਇਹੀ ਪਿੰਡ ਹੈ ਜੀ? ਹਾਂਜੀ ਠੀਕ। ਕੀ ਨਾਮ ਬਾਪੂ ਜੀ ਆਪਣਾ? ਮੇਰਾ ਨਾਮ ਗੁਲਾਬ ਸਿੰਘ ਜੀ। ਠੀਕ ਹੈ ਜੀ। ਅਤੇ ਬਾਪੂ ਜੀ ਅੱਛਾ ਇਹ ਕਿਹੜਾ ਪਿੰਡ ਹੈ ਜੀ ਆਪਣਾ? ਗੋਬਿੰਦਪੁਰ ਹੈ ਜੀ। ਠੀਕ ਹੈ ਜੀ। ਅਤੇ ਆਪਣਾ ਇਹ ਪਿੰਡ ਇਹੀ ਆ ਤੁਹਾਡਾ ਜੀ? ਹਾਂਜੀ ਇਹੀ ਹੈ ਜੀ। ਠੀਕ ਹੈ ਜੀ। ਨਾਮ ਕੀ ਬਾਪੂ ਜੀ ਆਪਣਾ? ਮੇਰਾ ਨਾਮ ਗੁਲਾਬ ਸਿੰਘ ਹੈ ਜੀ। ਠੀਕ ਹੈ ਬਾਪੂ ਜੀ। ਮੈਂ ਇਹ ਝਿੜੀ ਬਾਰੇ ਸੁਣਿਆ ਸੀਗਾ ਅਤੇ ਅੱਜ ਸਾਡਾ ਇੱਥੇ ਸਬੱਬ ਬਣਿਆ ਆਉਣ ਦਾ। ਇੱਧਰੋਂ ਆ ਜਾਓ ਬਾਪੂ, ਸ਼ਾਮੇ ਆ ਜਾਓ, ਕੋਈ ਨਹੀਂ। ਸਾਡਾ ਅੱਜ ਸਬੱਬ ਬਣਿਆ ਇੱਧਰ ਨੂੰ ਆਉਣ ਦਾ। ਮੈਂ ਕਿਹਾ ਚਲੋ ਜਾ ਕੇ ਆਈਏ, ਕਿਉਂਕਿ ਜਦੋਂ ਅਸੀਂ ਝਿੜੀ ਦੇ ਵਿੱਚ ਐਂਟਰ ਹੋ ਰਹੇ ਸੀਗੇ ਸਾਨੂੰ ਕੁਛ ਨਹੀਂ ਦਿਖਿਆ, ਪਰ ਅੰਦਰ ਆ ਕੇ ਤਾਂ ਸਵਰਗ ਆ ਇੱਕ ਤਰ੍ਹਾਂ ਦਾ। ਇਹ ਮੌਜ ਹੈ ਜੀ, ਬਹੁਤ ਬਹੁਤ ਵਧੀਆ ਜੀ, ਬਹੁਤ ਵਾਤਾਵਰਨ ਬਹੁਤ ਵਧੀਆ ਇੱਥੇ ਜੀ। ਇਹ ਬਾਪੂ ਜੀ ਬਾਅਦ ਵਿੱਚ ਲਗਾਇਆ ਗਿਆ ਜਾਂ ਝਿੜੀ ਕਦੋਂ ਲਗਾਈ ਗਈ? ਜਮਾਂਦਰ ਹੀ ਆ, ਪਹਿਲਾਂ ਤੋਂ ਹੀ ਹੈ ਜੀ, ਪਹਿਲਾਂ ਤੋਂ ਚੱਲ ਜਮਾਂਦਰ ਪਹਿਲਾਂ ਤੋਂ ਹੀ ਲੱਗੀ ਹੋਈ ਆ, ਬਾਬਿਆਂ ਦੀ ਹੈ, ਸ਼ਕਤਾਂ ਦੀ ਹੈ। ਤੁਸੀਂ ਬਚਪਨ ਤੋਂ ਦੇਖਦੇ ਆ? ਹਾਂਜੀ ਪਹਿਲਾਂ ਤੋਂ ਹੀ, ਇਹ ਤਾਂ ਪੁਰਾਣੀ ਆ ਜੀ, ਕੋਈ 50 ਸਾਲਾਂ ਤੋਂ ਪਹਿਲਾਂ ਦੀ ਹੋਈ ਆ। ਹਾਂਜੀ। ਅਤੇ ਬਾਪੂ ਜੀ ਮਤਲਬ ਕਿ ਜਦੋਂ ਤੁਸੀਂ ਬਚਪਨ ਤੋਂ ਦੇਖਦੇ ਆ ਰਹੇ ਹੋ ਤਾਂ ਕਦੇ ਇੱਥੇ ਦਰਖਤ ਵਗੈਰਾ ਵੱਢੇ ਨਹੀਂ ਜਾਂਦੇ? ਨਾ ਜੀ, ਵੱਢਦਾ ਨਹੀਂ ਕੋਈ, ਸ਼ਕਤੀ ਹੈ, ਕੋਈ ਨਹੀਂ ਇਹਨੂੰ ਵੱਢਦਾ, ਨਾ ਲੱਕੜ ਵੀ ਆਵੇ ਕੋਈ ਘਰੇ, ਕੋਈ ਮਾਨਤਾ ਇਸ ਤਰ੍ਹਾਂ ਦੀ? ਹਾਂਜੀ ਸ਼ਕਤੀ ਹੈ ਜੀ ਬਾਬ ਮੇਰੀ। ਕੀ ਮਾਨਤਾ ਬਾਪੂ ਜੀ? ਜੇ ਮੰਨ ਲਓ ਕੋਈ ਵੱਢ ਲੂਗਾ ਫਿਰ ਕੀ ਹੋਊਗਾ? ਉਹਦਾ ਨੁਕਸਾਨ ਹੋ ਜਾਂਦਾ ਜੀ। ਕਦੇ ਇੱਦਾਂ ਹੋਇਆ ਵੀ? ਹਾਂ ਬਹੁਤ ਜ਼ਿਆਦਾ ਜੀ, ਪਿੰਡ ਜੀ ਹੋਇਆ ਜੀ ਬਹੁਤ, ਦੋ ਤਿੰਨ ਵਾਰੀ। ਕੀ ਹੋਇਆ ਬਾਪੂ? ਕਈ ਬੰਦਿਆਂ ਨੇ ਮਤਲਬ ਥਾਂ ਰੋਕ ਲਿਆ ਅਤੇ ਉਹਨਾਂ ਦੇ ਲਾਦ ਮੁਤਲ ਹੋਈ ਨਹੀਂ, ਜੋਰ ਲਾ ਕੇ। ਅੱਛਾ ਜੀ। ਫਿਰ ਉਹਨਾਂ ਜ਼ਮੀਨ ਛੱਡਤੀ, ਫਿਰ ਲੱਦ ਹੋਈ ਉਹਨਾਂ ਦੀ। ਬਾਪੂ ਜੀ ਦੇਖੋ ਹੈ ਨਾ, ਮਾਨਤਾਵਾਂ ਹੈਗੀਆਂ ਸਾਡੇ ਸਮਾਜ ਦੇ ਵਿੱਚ ਇਸ ਚੀਜ਼ ਨੂੰ ਲੈ ਕੇ। ਕਈ ਪਿੰਡਾਂ ਦੀਆਂ ਮੈਂ ਇਹ ਚੀਜ਼ਾਂ ਦੇਖੀਆਂ, ਕਈ ਪਿੰਡਾਂ ਦੇ ਵਿੱਚ ਅਜਿਹਾ ਹੁੰਦਾ ਕਿ ਮੰਨ ਲਓ ਕਈਆਂ ਨੇ ਆਪਣੇ ਘਰ ਦੇ ਉੱਤੇ ਚੁਬਾਰਾ ਪਾ ਲਿਆ ਤਾਂ ਉੱਥੇ ਸਮੱਸਿਆ ਆ ਗਈ, ਇੱਥੇ ਦੇ ਹੁਣ ਦਰਖਤ ਵੱਢ ਲਿਆ ਜਾਂ ਹੋਰ ਵੀ ਕਈ ਸਾਰੀਆਂ ਮਾਨਤਾਵਾਂ ਹੁੰਦੀਆਂ। ਇਹ ਬਾਪੂ ਜੀ ਹੁੰਦੀਆਂ ਸਮਾਜ 'ਚ? ਹਾਂਜੀ ਹੁੰਦੀਆਂ ਜੀ ਇੱਥੇ ਜੀ, ਬਹੁਤ ਜ਼ਿਆਦਾ ਹੁੰਦੀਆਂ ਜੀ। ਬਾਪੂ ਜੀ ਬਚਪਨ ਤੁਹਾਡਾ ਇੱਥੇ ਫਿਰ ਕਿਵੇਂ ਬੀਤਿਆ? ਪਹਿਲਾਂ ਤਾਂ ਬਹੁਤ ਵਧੀਆ ਜੀ, ਬਹੁਤ ਸ਼ਾਨਦਾਰ ਹੈ। ਕਿਵੇਂ ਕੀ ਕਰਦੇ ਹੁੰਦੇ ਸੀ ਬਚਪਨ 'ਚ? ਪਹਿਲਾਂ ਤਾਂ ਅਸੀਂ ਜੀ ਪਸ਼ੂ ਚਾਰਦੇ ਇੱਥੇ, ਤੜਕੇ 9 ਵਜੇ ਆ ਜਾਂਦੇ, ਹੱਥ ਨਹੀਂ 5 ਵਜੇ ਜਾਂਦੇ ਹਾਂ। ਅਤੇ ਬਾਪੂ ਜੀ ਕਦੇ ਜਿਸ ਤਰ੍ਹਾਂ ਇੰਨੀ ਝਿੜੀ ਆ, ਇੰਨਾ ਜੰਗਲ ਵਰਗਾ ਏਰੀਆ ਆ, ਕਦੇ ਡਰ ਨਹੀਂ ਲੱਗਿਆ ਹੈਗਾ ਇਕੱਲੇ ਵੀ ਆ ਜਾਂਦੇ? ਕੋਈ ਨਹੀਂ, ਕੋਈ ਨਹੀਂ ਡਰ, ਅਸੀਂ ਇਕੱਲੇ ਪਸ਼ੂ ਚਾਰਦੇ ਫਿਰਦੇ ਹਾਂ ਜੀ ਇੱਥੇ, ਕੋਈ ਪਰਵਾਹ ਨਹੀਂ, ਇਹ ਡਰ ਨਹੀਂ ਲੱਗਿਆ ਜੀ। ਹਾਂਜੀ। ਅਤੇ ਇੱਥੇ ਇਕੱਲੇ ਦਰਖਤ ਨੇ ਜਾਂ ਹੋਰ ਵੀ ਹੈਗਾ ਕੁਛ ਦੇਖਣ? ਦਰਖਤ ਹੈ, ਮੋਰ ਹੈ, ਹੋਰ ਤਿੱਤਰ ਤੁੱਤਰ ਹੈ, ਸਹੇ ਵੀ ਆ, ਖਰਗੋਸ਼ ਜੀ, ਹਰ ਤਰ੍ਹਾਂ ਦਾ ਜਾਨਵਰ ਇੱਥੇ ਹੈਗਾ ਅੰਦਰ? ਹਾਂਜੀ ਬਹੁਤ ਤਰ੍ਹਾਂ ਦੇ ਆ ਜੀ ਜੀ, ਸ਼ੇਰ ਚਿੱਤਰ ਵੀ ਹੈ, ਸ਼ੇਰ ਹੈ ਨਹੀਂ ਜੀ, ਚੀਤੇ ਹੈਗੇ ਆ, ਰੇਸ਼ਾ ਰਿੱਛ ਫਿਰਦਾ ਜੀ ਇੱਕ ਇੱਥੇ। ਅੱਛਾ, ਰਿੱਛ ਵੀ ਇੱਥੇ ਫਿਰਦਾ? ਹਾਂਜੀ ਹਾਂਜੀ, ਉਹ ਆਇਆ ਹੋਣੀ ਹੈ ਦੋਸਤ ਥੋੜ੍ਹੇ ਦਿਨਾਂ ਦੀ। ਅੱਛਾ ਜੀ। ਹਾਂਜੀ। ਅਤੇ ਆਪਣੇ ਤੁਸੀਂ ਚੀਤੇ ਦੀ ਗੱਲ, ਚੀਤਾ ਤਾਂ ਨਹੀਂ ਹੈਗਾ? ਨਹੀਂ ਉਹ ਹੈ ਨਹੀਂ ਜੀ, ਦੇਖਿਓ ਕਦੇ ਬਾਪੂ, ਕਦੇ ਉਹੀ ਗੱਲ ਨਾ ਹੋਵੇ, ਆਖਰੀ ਟ੍ਰਿਪ ਹੋਵੇ ਸਾਡਾ। ਨਹੀਂ 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 ਨਹੀਂ। ਤਾਂ ਬਾਪੂ ਜੀ ਮੱਝਾਂ ਵਗੈਰਾ ਕਿੰਨੀਆਂ ਮੱਝਾਂ ਤੁਹਾਡੇ ਕੋਲ? ਸਾਡੇ ਕੋਲ ਜੀ 6 ਮੱਝਾਂ ਇੱਥੇ। ਅੱਛਾ ਜੀ। ਇਹ ਆਪਣੀ। ਅਤੇ ਫਿਰ ਪਿੰਡੋਂ ਤੁਸੀਂ ਲੈ ਕੇ ਇੱਥੇ ਆ ਕੇ, ਮਤਲਬ ਪੱਕੀਆਂ ਇੱਥੇ ਰੱਖੀਆਂ ਵਾ ਜਾਂ ਪਿੰਡੋਂ ਲੈ ਕੇ ਆਉਂਦੇ ਹੋ? ਪਿੰਡੋਂ ਲੈ ਕੇ ਆਉਂਦੇ ਜੀ, ਤੜਕੇ 9 ਵਜੇ, ਹੱਥ ਨੇ 5 ਵਜੇ ਵਗ ਜਾਂਦੇ ਹਾਂ। ਅੱਛਾ ਜੀ। ਹੱਥ ਨੇ 5 ਵਜੇ। ਇਹ ਸਾਂਭ ਸੰਭਾਲ ਬਾਪੂ ਜੀ ਇੱਥੇ ਕਿਵੇਂ ਹੁੰਦੀ ਆ? ਮਤਲਬ ਕਿ ਇੱਥੇ ਕੁਛ ਆਪੇ ਆਪਣੇ ਆਪ ਕੁਦਰਤੀ ਹੋਈ ਜਾਂਦੀ ਹੈ? ਕੁਦਰਤੀ ਜੀ, ਕੁਦਰਤੀ ਆਪ ਹੀ ਹੈ, ਕੋਈ ਲੱਕੜੀ ਨਹੀਂ ਵੜਦਾ, ਕੋਈ ਇੱਥੇ ਨੁਕਸਾਨ ਹੋ ਜਾਂਦਾ ਉਹਦੇ ਜੀ, ਲੱਕੜੀ ਵੀ ਘਰੇ ਲੈ ਜੂ ਜੀ। ਇਹ ਕਾਹਦਾ ਦਰਖਤ ਆ ਬਾਪੂ ਜੀ ਜਿਹੜਾ ਪਿਛਲਾ? ਬਣ ਹੈ ਜੀ, ਬਣ, ਜ਼ਿਆਦਾ ਬਣ ਹੈ। ਠੀਕ ਹੈ ਜੀ। ਆਪੇ ਉੱਗਰਿਆ ਪਹਿਲਾਂ ਦੇ ਪੀੜ੍ਹੀਆਂ ਦੀ ਹੈ ਜੀ। ਇਕੱਲਾ ਇਹ ਬਾਣਾ ਜਾਂ ਹੋਰ ਵੀ ਦਰਖਤ? ਬਾਣਾ, ਹੋਰ ਕਿੱਕਰਾਂ ਵੀ ਹੈ ਜੀ, ਪਹਾੜੀ ਕਿੱਕਰਾਂ ਵੀ ਹੈ, ਦੇਸੀ ਕਿੱਕਰਾਂ ਵੀ ਹੈ, ਅਤੇ ਨਿੰਮ ਵੀ ਹੈ, ਜੰਡ ਵੀ ਹੈ, ਬਹੁਤ ਕੁਛ ਹੈ ਜੀ। ਅੱਛਾ, ਜੰਡ ਜੰਡ ਵੀ ਹੈ? ਬਹੁਤ ਬਹੁਤ। ਹਾਂਜੀ। ਅਤੇ ਬਾਪੂ ਜੀ ਕਿੰਨੇ ਕਿੱਲਿਆਂ 'ਚ ਫੈਲਿਆ ਵਾ ਜੀ ਇਹ? 500 ਕਿੱਲਾ ਜੀ। 500 ਕਿੱਲਾ? ਹਾਂਜੀ, ਅੱਜ ਬਹੁਤ ਦੂਰ ਤੱਕ ਹੈ ਜੀ। ਅਤੇ ਕਿੰਨੇ ਇਹ ਜੇ ਗੱਲ ਕਰ ਲਈਏ ਤਾਂ ਕਿੰਨੇ ਇਹ 500 ਕਿੱਲੇ ਦੇ ਵਿੱਚ ਆਪਣੇ ਕਿੰਨੇ ਕੁ ਦਰਖਤ ਹੋ ਸਕਦੇ ਅੰਦਾਜ਼ਾ ਤੁਹਾਡਾ ਜੀ? ਇਹ ਕੋਈ ਗਿਣਤੀ ਨਹੀਂ ਹੁੰਦੀ ਜੀ, ਵਾਹਲੀ ਹੈ ਇੱਥੇ ਤਾਂ, ਵਾਹਲੀ ਹੈ ਜੀ। ਠੀਕ ਹੈ ਬਾਪੂ ਜੀ, ਧੰਨਵਾਦ ਜੀ, ਬਹੁਤ ਬਹੁਤ ਜੀ। ਇਹ ਬਾਪੂ ਜੀ ਸਾਡੇ ਪੁਰਾਣਾ ਪੰਜਾਬ ਦਾ ਕਲਚਰ ਆ, ਅਸੀਂ ਪੈਂਟਾਂ ਦੇ ਵਿੱਚ ਆ ਗਏ ਹਾਂ, ਪਰ ਬਾਪੂ ਜੀ ਇਹ ਤੁਹਾਡਾ ਬਹੁਤ ਸੋਹਣਾ, ਬਹੁਤ ਪਿਆਰਾ ਪਹਿਰਾਵਾ, ਤੁਹਾਡਾ ਦਾੜਾ ਬਹੁਤ ਪਿਆਰਾ ਲੱਗਦਾ, ਪੱਗ ਬਹੁਤ ਤੁਸੀਂ ਪਿਆਰੀ ਬੰਨੀ ਹੋ ਤੁਹਾਡੇ ਨਾਲ। ਸੋ
ਮਤਲਬ ਕਿ ਅਸੀਂ ਨਾ ਹੁਣ ਇੱਕ ਮਾਹੌਲ ਸਾਡੇ ਕੋਲ ਵੀ ਜੀ ਇੱਕ ਡਿਸਕਵਰੀ ਵਰਗਾ ਮਾਹੌਲ ਬਣਿਆ ਵਾ, ਜਦੋਂ ਅਸੀਂ ਡਿਸਕਵਰੀ ਚੈਨਲ ਵੀ ਦੇਖਦੇ ਹਾਂ ਨਾ ਲੋਕ ਜਾਂਦੇ ਆ ਪਹਾੜਾਂ ਵਿੱਚ ਜਾਂ ਖਤਰਨਾਕ ਜਗ੍ਹਾ ਦੇ ਉੱਤੇ, ਤਾਂ ਇੱਥੇ ਹੁਣ ਕੋਈ ਸਾਨੂੰ ਗਾਈਡ ਕਰਨ ਵਾਲਾ ਨਹੀਂ ਹੈਗਾ, ਸਾਨੂੰ ਇਸ ਤਰ੍ਹਾਂ ਕੋਈ ਮਿਲ ਗਿਆ ਤਾਂ ਉਹਦੇ ਨਾਲ ਗੱਲਬਾਤ ਕਰ ਲੈਣੀ, ਪਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇੱਥੇ ਰਿਛ ਵਰਗੇ ਜਾਨਵਰ ਵੀ ਹੈਗੇ ਆ, ਰਿਛ ਵਰਗੇ ਜਾਨਵਰ ਇੱਥੇ ਅੰਦਰ ਘੁੰਮਦੇ ਆ, ਤਾਂ ਕਿਤੇ ਨਾ ਕਿਤੇ ਡਰ ਵੀ ਲੱਗਦਾ ਵੀ ਹਾਂ ਅੱਗੇ ਹੁਣ ਜਾਵਾਂਗੇ, ਨਾਲ ਤਾਂ ਕਿਸੇ ਨੇ ਨਹੀਂ ਜਾਣਾ, ਆਪੇ ਜਾਣਾ ਪੈਣਾ, ਆ ਖੱਬ ਵਾਲਾ ਘਾਹ ਆ ਇਹਦੇ ਵਿੱਚ ਤੁਰਦੇ ਜਾ ਰਹੇ ਹਾਂ, ਆ ਪਸ਼ੂ ਵਗੈਰਾ ਲੋਕਾਂ ਨੇ ਆਪਣੇ ਬੰਨੇ ਹੋਏ ਆ, ਦੇਖੋ ਕਿੰਨਾ ਸੋਹਣਾ ਮਾਹੌਲ। ਅਤੇ ਆਹ ਜਿਹੜਾ ਦਰੱਖਤ ਆ, ਹੁਣ ਬਾਪੂ ਨੂੰ ਦੱਸਿਆ ਕਿ ਇਹ ਬਣ ਕਹਿੰਦੇ ਇਸ ਦਰੱਖਤ ਨੂੰ, ਅਤੇ ਇਹ ਕਾਫੀ 500-600 ਕਿੱਲੇ ਦੇ ਵਿੱਚ ਫੈਲਿਆ ਹੋਇਆ ਵਾ ਜਿਹੜਾ, ਇੱਥੇ ਆ ਬਾਪੂ ਜੀ ਬੈਠੇ ਹੋਏ ਨੇ, ਅਤੇ ਬਾਪੂ ਜੀ ਉਹਨਾਂ ਨਾਲ ਵੀ ਆਪਾਂ ਥੋੜ੍ਹੀ ਗੱਲ ਕਰਕੇ ਦੇਖਦੇ ਹਾਂ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਹਾਂ, ਪਿੰਡ ਬੜਾ ਸੋਹਣਾ ਤੁਹਾਡਾ ਜੀ। ਹਾਂ, ਬਹੁਤ ਸੋਹਣਾ। ਹਾਂਜੀ, ਮੱਝਾਂ ਚਾਰ ਰਹੇ ਜੀ? ਹਾਂ ਜੀ। ਸੋ ਇਹ ਬਾਪੂ ਜੀ, ਉਹ ਦੇਖੋ ਉਹ ਸੁੱਤਾ, ਮੈਂ ਕੈਮਰਾਮੈਨ ਨੂੰ ਇੱਕ ਵਾਰ ਕਹੂੰਗਾ ਕਿ ਸਾਹਮਣੇ ਉਹਨੂੰ ਨਾ ਮਾੜਾ ਜਿਹਾ ਕੈਪਚਰ ਕਰੇ, ਕਿ ਦੇਖੋ ਕਿੰਨੀ ਸੋਹਣੀ, ਕਿੰਨੀ ਖੂਬਸੂਰਤ ਤਸਵੀਰ ਇਸ ਬਾਪੂ ਦੀ ਬਣੀ ਆ, ਕਿ ਕੁਦਰਤ ਦੀ ਗੋਦ ਦੇ ਵਿੱਚ ਬਾਪੂ ਆਰਾਮ ਨਾਲ ਸੁੱਤਾ ਪਿਆ ਆ, ਕੋਈ ਮਤਲਬ ਕਿ ਦੇਖੋ ਕਿੰਨੀ ਸ਼ਾਂਤੀ। ਜਿਸ ਬੰਦਾ ਕਹਿੰਦਾ ਜ਼ਿੰਦਗੀ 'ਚ ਆਨੰਦ ਲੈਣਾ ਆ, ਜ਼ਿੰਦਗੀ 'ਚ ਸਵਾਦ ਲੈਣਾ ਆ, ਤਾਂ ਇਹ ਆਨੰਦ ਆ। ਸਾਰੀ ਜ਼ਿੰਦਗੀ ਬੰਦਾ ਪੈਸੇ ਕਮਾਉਂਦਾ, ਨੱਠਦਾ ਭੱਜਦਾ ਆਨੰਦ ਦੇ ਮਗਰ, ਪਰ ਬਾਪੂ ਜੀ ਉਹਨੇ ਤਾਂ ਫ੍ਰੀ 'ਚ ਆਨੰਦ ਭਾਲੀ ਫਿਰਦੇ ਪਾ। ਬਾਪੂ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਬਾਪੂ ਜੀ ਮਾੜਾ ਜਿਹਾ ਗੱਲ ਕਰ ਲਈਏ ਜੀ। ਹਾਂਜੀ, ਠੀਕ ਬਾਪੂ ਜੀ, ਤੁਸੀਂ ਨਹੀਂ, ਤੁਹਾਡੇ ਨਾਲ ਤਾਂ ਗੱਲ ਕਰਨੀ ਆ, ਸਾਰੀ ਜ਼ਿੰਦਗੀ ਬੰਦਾ ਪੈਸੇ ਕਮਾਉਂਦਾ ਆਨੰਦ ਮਗਰ ਨੱਠਦਾ ਰਹਿੰਦਾ, ਵੀ ਆਨੰਦ ਮਿਲੂਗਾ, ਤੁਹਾਨੂੰ ਕਿੰਨਾ ਕੁ ਆਨੰਦ ਆ ਜੀ? ਸਾਨੂੰ ਬਹੁਤ ਹੈ ਜੀ। ਇੱਥੇ ਕੀ ਮਹਿਸੂਸ ਹੁੰਦਾ ਜਦੋਂ ਇੱਥੇ ਆਉਂਦੇ ਤੁਸੀਂ ਬਾਪੂ? ਇੱਥੇ ਕਦੇ ਅਸੀਂ ਆਉਂਦੇ ਕਦੇ ਜਾਂ ਬੱਕਰੀਆਂ ਵਾਲੇ ਆਉਂਦੇ ਹੈਗੇ। ਅੱਛਾ ਜੀ, ਹੁਣ ਇਸ ਵੇਲੇ ਜਦੋਂ ਤੁਸੀਂ ਪਏ ਹੋ, ਮਤਲਬ ਕਿ ਕਿਵੇਂ ਦਾ ਮਹਿਸੂਸ ਹੋ ਰਿਹਾ ਜਦੋਂ ਇਸ ਝੜੀ 'ਚੋਂ ਬਾਹਰ ਚਲੇ ਜਾਂਦੇ ਹੋ? ਤੁਸੀਂ ਵਿੱਚ ਰਹਿੰਦੇ ਹੋ? ਹਾਂ ਜੀ। ਰਹਿਣ ਲਈ ਵੀ ਅੰਦਰੇ ਬਣਾਇਆ? ਨਾ ਨਾ, ਹੱਥ ਨਹੀਂ ਜਾਂਦੇ ਅਸੀਂ ਮਹੀਆਂ ਲੈ ਕੇ ਘਰੇ। ਅਤੇ ਜਦੋਂ ਤੁਸੀਂ ਮਹੀਆਂ ਲੈ ਕੇ ਬਾਹਰ ਨਿਕਲਦੇ ਝੜੀ ਦੇ ਬਾਹਰ, ਤਾਂ ਕਿੱਦਾਂ ਦਾ ਮਹਿਸੂਸ ਹੁੰਦਾ? ਉਹਦਾ ਜੀ ਤਾਂ ਪਤਾ ਗਰਮਾਇਸ਼ ਹੁੰਦੀ ਹੈਗੀ ਚੰਦਿਆਂ ਦੇ ਬਾਹਰ ਰੇਤਾ ਪੈਣ ਦੇ ਉੱਤੇ। ਅੱਛਾ ਜੀ, ਅਤੇ ਇੱਥੇ ਗਰਮੀਆਂ 'ਚ, ਇੱਥੇ ਜਦੋਂ ਭਰ ਗਰਮੀ ਆਉਂਦੀ ਉਦੋਂ ਕਿਹੋ ਜਿਹਾ ਮਾਹੌਲ ਹੁੰਦਾ? ਉਹ ਤਾਂ ਬਹੁਤ ਠੀਕ ਹੈ ਜੀ ਇੱਥੇ। ਅੱਛਾ ਜੀ, ਠੰਡੀ ਹਵਾ ਹੁੰਦੀ ਹੈਗੀ। ਠੀਕ ਹੈ ਜੀ। ਕਦੇ ਕਦੇ ਰਾਤ ਵੀ ਰੁਕ ਜਾਂਦੇ ਹੋਣੇ? ਨਾ ਨਹੀਂ, ਰਾਤ ਨਹੀਂ ਰੁਕਦੇ। ਠੀਕ ਹੈ, ਰਾਤ ਕਦੇ ਕੋਈ ਨਹੀਂ ਰੁਕਦਾ ਇੱਥੇ? ਨਾ। ਇਹ ਕਿਉਂ ਜੀ? ਇਹ ਜਗ੍ਹਾ ਹੈਗੀ ਭਾਈ ਭਾਤੂ ਦੀ। ਅੱਛਾ ਜੀ, ਅਤੇ ਉਹਨਾਂ ਦਾ ਕੋਈ ਗੱਦੀ ਮਸ਼ੀਨ ਹੈ ਨਹੀਂ ਜੀ? ਹੈਗੀ ਗੱਦੀ ਬਾਬਿਆਂ ਦੀ। ਠੀਕ ਹੈ ਜੀ, ਬਾਬੇ ਬੈਠੇ ਦੀ ਆ ਗਏ ਗੱਦੀ 'ਤੇ। ਠੀਕ ਹੈ ਜੀ। ਸੋ ਦੇਖੋ ਕਿੰਨੀ ਸੋਹਣੀ ਇੱਥੇ ਤਸਵੀਰ ਹੈਗੀ ਆ, ਅਤੇ ਬਾਪੂ ਜੀ ਹੁਣੀ ਬੈਠੇ ਸੀਗੇ ਅੱਗੇ ਆਪਾਂ, ਤਾਂ ਇੱਥੇ ਹੋਰ ਵੀ ਬਾਪੂ ਜੀ ਇੱਥੇ ਬੈਠੇ ਹੋਏ ਨੇ, ਆਪਾਂ ਇਹਨਾਂ ਨਾਲ ਥੋੜ੍ਹੀ ਗੱਲਬਾਤ ਕਰਦੇ ਹਾਂ। ਬਾਪੂ ਜੀ, ਮੈਂ ਸੁਣਿਆ ਇੱਥੇ ਕਾਫੀ ਜ਼ਿਆਦਾ ਜਿਹੜੇ ਜੀਵ ਨੇ, ਕਾਫੀ ਜਾਨਵਰ ਇੱਥੇ ਕਈ ਤਰ੍ਹਾਂ ਦੇ ਨੇ। ਹਾਂਜੀ, ਮੋਰ ਵੀ ਹੈ, ਤਿੱਤਰ ਵੀ ਹੈ, ਸੱਪ ਵੀ ਹੈ, ਚਹੇ ਵੀ ਹੈ ਜੀ, ਸਹੇ ਵੀ ਹੈ, ਨਿਓਲੇ ਵੀ ਹੈ, ਗੋਹਾਂ ਵੀ ਹੈ, ਗਿੱਦੜ ਵੀ ਹੈ, ਅਤੇ ਲੂੰਬੜੀਆਂ ਵੀ ਹੈ। ਅੱਛਾ ਜੀ, ਇਹ ਦਿਖਦੇ ਨਹੀਂ ਹੈਗੇ, ਮਤਲਬ ਜਾਂ ਘੱਟ ਦਿਖਦੇ ਨੇ ਜਾਂ ਰਾਤ ਨੂੰ ਟੱਕਰਦੇ ਹੀ ਰਹਿੰਦੇ ਆ? ਅੱਛਾ ਜੀ, ਅਜੇ ਤੁਰੇ ਫਿਰਦੇ ਨੂੰ ਮੋਰ, ਤਿੱਤਰ, ਸਹੇ ਸਭ ਟੱਕਰਦੇ ਆ। ਅਤੇ ਕਦੇ ਡਰ ਨਹੀਂ ਲੱਗਿਆ ਬਾਪੂ ਜੀ? ਨਹੀਂ ਲੱਗਦਾ, ਰੋਜ਼ ਹੀ ਆਉਂਦੇ ਆ ਪੁਰਾਣੇ 30 ਸਾਲ ਤੋਂ ਲੈ ਕੇ। ਅਤੇ ਜਾਂ ਫਿਰ ਤਾਂ ਜਾਨਵਰ ਪਛਾਣਦੇ ਵੀ ਹੋਣੇ, ਵੀ ਤਾਂ ਬੰਦੇ ਪੱਕੇ ਆਉਂਦੇ? ਹਾਂਜੀ ਹਾਂ, ਸਾਥੋਂ ਡਰਦੇ ਨਹੀਂ, ਸਾਡੇ ਕੋਲ ਹੀ ਤੁਰੇ ਫਿਰਦੇ ਆ। ਅਤੇ ਮਤਲਬ ਕਿ ਇਹ ਲਿਆ ਕੇ ਇੱਥੇ ਛੱਡੇ ਨੇ ਜਾਂ ਕਿੱਥੋਂ ਆ ਜਾਂਦੇ? ਇਹ ਬਾਣਾ ਬੂਣਾ 'ਚੋਂ ਆ ਕੇ ਰਹਿਣ ਲੱਗ ਗਏ, ਇਹ ਗੁਰੂ ਦੀ ਧਰਤੀ ਹੈ, ਬਾਬੇ ਭਾਈ ਭਗਤੂ ਦੀ ਡੇਰਾ ਭੈਣਾ ਸਾਹਿਬ ਦਾ ਨਾਂ ਆ ਡੇਰਾ ਮਗਲੇ ਪਾਸੇ, ਅਤੇ ਇੱਥੇ ਮਾਰ ਨਹੀਂ ਦਿੰਦੇ ਬਾਬੇ, ਦਾਣੇ ਦੂਣੇ ਪਾਉਂਦੇ ਆ ਜਿਹੜੇ ਜਨੌਰ ਦਾਣੇ ਵਾਲੇ ਆ। ਅੱਛਾ ਜੀ, ਉੱਥੇ ਉਹਨੂੰ ਦਾਣੇ ਪਾਉਂਦੇ ਆ ਡੇਲੀ। ਠੀਕ ਹੈ ਜੀ, ਮਤਲਬ ਸ਼ੇਰ ਨੂੰ ਛੱਡ ਕੇ ਸਾਰੇ ਇੱਥੇ ਜਾਨਵਰ? ਕੁੱਲ ਜਾਨਵਰ ਆ ਇੱਥੇ, ਸ਼ੇਰ ਨਹੀਂ ਹੈ। ਉਹ ਸੱਪ ਵੀ ਹੁੰਦੇ ਬਾਪੂ? ਹਾਂ, ਸੱਪ ਬਥੇਰੇ, ਮੋਰ ਬਥੇਰੇ, ਕੁੱਲ ਚੀਜ਼ ਹੈ, ਨਿਓਲਾ ਚਾਹਾ ਸਭ ਹੈ। ਅਤੇ ਤੁਸੀਂ ਇਸ ਜਿਸ ਤਰ੍ਹਾਂ ਥੱਲੇ ਪਏ ਹੋਏ ਆ, ਝਾੜ ਆ ਇੰਨਾ ਜ਼ਿਆਦਾ, ਮਤਲਬ ਥੱਲੇ ਖੱਬਲ ਵਗੈਰਾ, ਘਾਹ ਵਗੈਰਾ, ਕਦੇ ਡਰ ਨਹੀਂ ਲੱਗਦਾ ਸੱਪ ਵਗੈਰਾ? ਹਾਂ, ਸੱਪ ਤਾਂ ਦੇਖ ਕੇ ਸਾਨੂੰ ਅੱਖਾਂ ਮੀਚ ਜਾਂਦਾ, ਅਸੀਂ ਬਲੇਟ ਦਿੰਦੇ ਹਾਂ ਉਹਦੀ।
ਮਤਲਬ ਬਲੇਡ ਦਿੰਦੇ ਕਿਵੇਂ? ਮਾਰ ਦਿੰਦੇ ਆ। ਅੱਛਾ, ਮਾਰ ਦਿੰਦੇ ਆ, ਸੱਪ ਨੂੰ ਛੱਡਦੇ ਨਹੀਂ ਅਸੀਂ। ਸੱਪ ਨੂੰ ਮਾਰ ਦਿੰਦੇ, ਬਾਕੀ ਛੱਡ ਦਿੰਦੇ? ਕਿਸੇ ਚੀਜ਼ ਨੂੰ ਨਹੀਂ ਹੋਰ ਮਾਰਦੇ। ਸੱਪ ਦਾ ਐਂ ਹੈ ਵੀ ਇਹਦਾ ਮਾਰੇ ਦਾ ਪੁੰਨ ਹੈ, ਢਿੱਡ ਕਸਾਉਂਦਾ ਧਰਤੀ ਦੇ, ਮਾਰੇ ਬਿਨਾਂ ਮਰਦਾ ਨਹੀਂ। ਮਤਲਬ ਮੈਂ ਸਮਝਿਆ ਨਹੀਂ ਬਾਪੂ ਜੀ, ਮਾੜਾ ਜਿਹਾ ਚੰਗੀ ਤਰ੍ਹਾਂ ਸਮਝਾ ਦਿਓ ਇਸ ਗੱਲ। ਇਹ ਮਰਦਾ ਨਹੀਂ ਮਾਰੇ ਬਿਨਾਂ। ਅੱਛਾ, ਮਾਰਨਾ ਪੈਂਦਾ, ਫਿਰ ਇਹਦਾ ਧਰਮ ਹੀ ਹੈ ਢਿੱਡ ਕਸਾਉਂਦਾ ਧਰਤੀ 'ਤੇ। ਇਹ ਤਾਂ ਕਾਂ ਮਰਦੇ ਨਹੀਂ ਹੁੰਦੇ, ਇਹਨਾਂ ਦੀ ਉਮਰ ਬਾਹਲੀ ਹੁੰਦੀ ਹੈ। ਅੱਛਾ, ਜੇ ਸੱਪ ਮਾਰ ਦਿਓ ਤਾਂ ਪੁੰਨ ਹੀ ਲੱਗਦਾ? ਪੁੰਨ ਹੀ ਹੈ ਬਸ, ਇਹਦਾ ਕੋਈ ਪਾਪ ਨਹੀਂ। ਤੁਸੀਂ ਮਾਰਦੇ ਕਿਸ ਚੀਜ਼ ਨਾਲ? ਸੋਟੀ ਨਾਲ। ਅੱਛਾ ਜੀ, ਬਾਂਹ ਦੀ ਡਾਂਗ ਹੁੰਦੀ ਹੈ, ਉਹ ਮਾਰ ਦਿੰਦੇ ਹਾਂ। ਅੱਛਾ ਜੀ, ਅਤੇ ਸਾਨੂੰ ਇਹ ਲੜ ਜੇ ਤਾਂ ਕਿੰਨਾ ਉਲਝ 'ਚ ਪੈਂਦਾ ਬੰਦਾ, ਦਾਖਲ ਕਰਦੇ ਆ ਸਾਡੇ ਪਿੰਡ ਤੱਕ, ਟੂਣਾ ਕਰਦੇ ਆ, ਬਾਬੇ ਦੀ ਗੱਦੀ ਹੈ। ਅਤੇ ਜਣੇ ਸੱਪ ਕਈ ਕਿਸਮ ਦੇ ਆ, ਸਾਉਣ ਭਾਦੋ ਤਾਂ ਮਗਰ ਪੈ ਜਾਂਦਾ। ਅੱਛਾ ਜੀ, ਬੰਦੇ ਦੇ ਦੂਰੋਂ ਆਊ ਭੱਜ ਕੇ ਬੰਦੇ ਬੰਨੀ ਸਾਉਣ ਭਾਦੋ 'ਚ। ਅਤੇ ਉਸ ਵੇਲੇ ਘੱਟ ਆਉਂਦੇ ਹੋਣੇ ਬੰਦੇ ਇੱਥੇ? ਨਹੀਂ ਨਹੀਂ, ਬੰਦੇ ਤਾਂ ਆਉਂਦੇ ਆ, ਉਹ ਘੱਟ ਗਏ, ਬੰਦਾ ਤਾਂ 200 ਆਉਂਦਾ ਹੀ, ਮਾਲ ਚਾਰਦੇ ਸੀ ਅਸੀਂ, ਬਸ ਅਸੀਂ ਰਹਿ ਗਏ 5-7 ਕੁ ਬੰਦੇ। ਅਤੇ ਹੁਣ ਸਾਂਭਿਆ ਕਿਵੇਂ ਬਾਪੂ ਜੀ ਸਾਰੇ ਨੂੰ? ਡੇਰਾ ਭੈਣਾ ਸਾਹਿਬ, ਇੱਥੇ ਸੰਤ ਬੈਠੇ ਹੈ। ਅੱਛਾ ਜੀ, ਪੂਰਨਦਾਸ ਬਾਬਾ। ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਨੌਜਵਾਨ ਆਉਣ ਵਾਲੇ, ਉਹ ਇੱਥੇ ਆਉਂਦੇ ਨੇ? ਉਹਨਾਂ ਦਾ ਇੱਥੇ ਹੈਗਾ ਆ, ਮਤਲਬ ਕਿ ਉਹਨਾਂ ਦਾ ਸ਼ੌਂਕ ਇੱਥੇ ਆਉਣਾ? ਉੱਧਰਲੇ ਪਾਸੇ ਗਰਾਊਂਡ ਹੈ ਜੀ, ਭੱਜਣ ਆਉਂਦੇ ਆ ਮੁੰਡੇ, ਲਾਸਾਂ ਲੂਸਾਂ 'ਤੇ ਚੜ੍ਹਦੇ ਆ, ਅਤੇ ਸਾਰਾ ਇੱਥੇ ਆਉਂਦੇ ਆ, ਸੇਵਾ ਕਰਦੇ ਆ, ਦਰਖਤ ਦੱਪਾ ਲਾਉਂਦੇ ਆ। ਠੀਕ ਹੈ ਜੀ, ਉਹ ਗਰਾਊਂਡ ਕਿੱਥੇ ਕੁ ਨੂੰ ਬਾਪੂ ਜੀ? ਗਾਹਾਂ ਸਿਰੇ 'ਤੇ ਆਏ, ਰਾਹੇ ਰਾਹੇ ਜਾ ਕੇ ਅਤੇ ਪੁਲੀ ਪਾਰ ਕਰ ਜਾਓ। ਸਾਡੇ ਲੋਕ ਇਹਨੂੰ ਮੰਨਦੇ ਹੈ, ਅਤੇ ਇਹਦੀ ਝੂਠੀ ਕੋਈ ਸਹੁੰ ਨਹੀਂ ਖਾਂਦਾ। ਅੱਛਾ, ਸੌਂ ਵੀ ਇੱਥੇ ਝੂਠੀ ਨਹੀਂ ਖਾਂਦਾ? ਨਹੀਂ ਖਾਂਦਾ ਜੀ, ਮੇਲਾ ਵੀ ਲੱਗਦਾ, ਮੱਸਿਆ ਵੀ ਲੱਗਦੀ ਹੈ। ਅੱਛਾ, ਜੇ ਕੋਈ ਪਿੰਡ 'ਚ ਮਸਲਾ ਹੋ ਜਾਵੇ ਤਾਂ ਉਹਨੂੰ ਲੈ ਕੇ ਸੌਂ ਵੀ ਫਿਰ ਇੱਥੇ ਦੀ ਖੜਾਈ ਆਉਂਦਾ? ਚੱਲ ਭੈਣਾ ਸਾਹਿਬ, ਉੱਥੇ ਸੌਂ ਪਾ ਦੇ। ਅੱਛਾ, ਇੱਥੇ ਸੌਂ ਨਹੀਂ ਪਾਉਂਦਾ ਅਗਲਾ, ਉਹ ਸਾਰਾ ਸੱਚ ਹੋ ਜਾਂਦਾ, ਫਿਰ ਬੰਦਾ ਆਪੇ ਮੰਨ ਜਾਂਦਾ, ਆਪੇ ਮੰਨ ਜਾਂਦਾ, ਬਸ ਉਲਝੀ ਗੱਲ ਸੁਲਝਾ ਦਿੰਦਾ ਵੀ ਜਦੋਂ ਚੱਲ ਵੀ ਸੌਂ ਪਾ ਦੇ। ਕਦੇ ਫਿਰ ਕਿਸੇ ਦਾ ਨੁਕਸਾਨ ਵੀ ਹੈ ਜੀ ਕਿਸੇ ਨੇ ਸੌਂ? ਹਾਂਜੀ, ਸਾਡੇ ਪਿੰਡ ਇੱਥੇ ਕਿਸੇ ਨੇ ਕਿਸੇ ਦੀਆਂ ਟੂਮਾਂ ਚੱਕ ਲਈਆਂ ਸੀ, ਬਾਬਿਆਂ ਨੇ ਕਿਹਾ ਸੀ ਵੀ ਸੌਂ ਨਾ ਪਾ, ਉਹ ਬੰਦੇ ਨੇ ਸੌਂ ਪਾਤੀ, ਉਹਦਾ ਮੁੰਡਾ ਇੱਥੇ ਮਰ ਗਿਆ ਸੀ, ਛੋਟਾ ਜਿਹਾ, ਇਹ ਪ੍ਰਦਖ ਹੋਈ ਆ ਬਾਬਾ ਜੀ। ਜਿੱਦਾਂ ਆਪਾਂ ਕਹਿ ਦਿੰਦੇ ਵੀ ਇਹ ਚੀਜ਼ਾਂ ਦੀ ਸਮਾਜ 'ਚ ਮਾਨਤਾ ਹੈਗੀ ਹੈ ਜੀ? ਹਾਂਜੀ ਹਾਂ, ਪੂਰੀ ਸਾਡੇ ਤਾਂ ਨੇੜੇ ਨੇੜੇ ਪਿੰਡ ਨੂੰ ਦਿੱਲੀ ਦੱਖਣ ਦੇ ਮੰਨਦੇ ਹੈ, ਖੰਡ ਪਾਠ ਕਰਾਉਂਦੇ ਹੈ, ਧਾਰਮਿਕ ਪਾਠ ਕਰਾਉਂਦੇ ਹੈ, ਦੇਗਾਂ ਕਰਾਉਂਦੇ ਹੈ, ਕੋਈ ਅਸੀਂ ਚੀਜ਼ ਲੈ ਕੇ ਇੱਥੇ ਦੇਗ ਕਰਾਉਣੀ ਹੈ, ਕਣਕ ਵੱਢ ਗਏ ਅਸੀਂ, ਸਾਡੇ ਘਰ ਆਟਾ ਨਾ ਹੋਵੇ ਬੇਸ਼ੱਕ ਧਾਰਾ ਲਿਆ ਕੇ ਪਕਾ ਲਾਂਗੇ, ਜਿੰਨਾ ਚਿਰ ਗੱਟਾ ਇਹਦਾ ਨਹੀਂ ਭਰ ਕੇ ਕੱਢਦੇ ਅਸੀਂ ਆਟਾ ਨਹੀਂ ਪਿਆਉਂਦੇ। ਅੱਛਾ ਜੀ, ਇੱਥੋਂ ਤੱਕ ਹੈ, ਮਤਲਬ ਕਿ ਦਿਲਾਂ 'ਚ ਇੱਕ ਸਤਿਕਾਰ ਹੈ ਇਸ ਚੀਜ਼, ਸਤਿਕਾਰ ਹੈ ਜੀ, ਆਬਦ ਕਰਦੇ ਹਾਂ ਅਸੀਂ ਇਹਦਾ ਜੀ। ਬਾਕੀ ਤੁਹਾਡਾ ਬਚਪਨ ਇੱਥੇ ਬੀਤਿਆ? ਹਾਂ ਜੀ, ਨਹੀਂ ਬਚਪਨ ਤਾਂ ਨਹੀਂ ਜੀ, ਅਸੀਂ ਬਾਹੀਬਾਨ ਬੰਦੇ ਹਾਂ, ਪਹਿਲਾਂ ਤਾਂ ਬਾਹੀ ਕਰੀ ਆ ਅਸੀਂ। ਠੀਕ ਹੈ ਜੀ, ਮਗਰੋਂ ਸਾਡੇ ਮੁੰਡੇ ਡਾਰ ਹੋ ਗਏ, ਉਹ ਕੰਮ ਕਰਨ ਲੱਗ ਗਏ, ਫਿਰ ਮੈਂ ਮਾਲ ਚਾਰਨ ਲੱਗ ਗਿਆ ਇੱਥੇ। ਠੀਕ ਹੈ ਜੀ, ਮੰਝਾਂ ਮੁੰਝਾਂ ਲੈ ਇਹਦੀਆਂ। ਠੀਕ ਹੈ ਜੀ, ਹਾਂ ਬਾਪੂ ਜੀ, ਸਾਡੇ ਅੱਖਾਂ 'ਚ ਪਾਣੀ ਕਰ ਲਿਆ ਗਏ ਹੈ, ਤੁਹਾਡੇ ਅੱਖਾਂ, ਮੈਂ ਕਿਹਾ ਅੱਖਾਂ ਭਰ ਗਈਆਂ ਲੱਗਦਾ ਜੀ। ਊਂ ਹੀ ਆ ਜਾਂਦਾ ਇਹ, ਹਾਂ ਊਂ ਹੀ ਆ ਗਿਆ ਕੁਦਰਤੀ। ਠੀਕ ਹੈ, ਹੋਰ ਬਾਪੂ ਜੀ ਕੋਈ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ? ਨਹੀਂ ਬਸ, ਇਦੂ ਵੱਧ ਕੋਈ ਅਸੀਂ ਤਾਂ ਰੱਖੀ ਨਹੀਂ ਗੱਲ, ਕਹਿਣ ਬੰਨੂ ਕਹਿਤੀਆਂ ਜੀ। ਅਤੇ ਬਾਪੂ ਜੀ ਮਤਲਬ ਬਸ ਇਹ ਇੱਦਾਂ ਜੰਗਲ ਆ ਸਾਰਾ ਜੀ ਅੰਦਰ? ਹਾਂ ਜੀ ਹਾਂ, ਇਹ ਇੱਥੇ ਛੱਪੜ ਹੈ। ਠੀਕ ਹੈ ਜੀ, ਇਹ 8 ਦਿਨਾਂ ਤੋਂ ਇਹਦੇ ਵਿੱਚ ਅਸੀਂ ਬਾਰੀ ਵੀ ਪਾ ਦਿੰਦੇ ਹਾਂ, ਪਿੱਛੇ ਸਾਡਾ ਨਹਿਰ 'ਚੋਂ ਮੋਗਾ ਲੱਗਿਆ, ਅਤੇ ਸਾਡੇ ਲੋਕ ਜੇ ਪਾਣੀ ਵਾਧੂ ਹੋਵੇ ਇਹਦੇ ਵਿੱਚ ਛੱਡ ਦਿੰਦੇ ਆ। ਅੱਛਾ ਜੀ, ਉਹ ਦਰੱਖਤਾਂ ਨੂੰ ਪੈ ਜਾਂਦਾ। ਅੱਛਾ ਜੀ, ਅਤੇ ਤੁਹਾਡੇ ਵਰਗੇ ਮੁੰਡੇ ਆ ਕੇ ਇੱਥੇ ਸੇਵਾ ਵੀ ਕਰਦੇ ਆ, ਦਰੱਖਤ ਵੀ ਲਾਉਂਦੇ ਆ, ਅਤੇ ਇੱਥੇ ਸੰਤਾਂ ਦੀ ਵੀ ਸੇਵਾ ਕਰਦੇ ਆ, ਡੇਰਾ ਸੰਭਰਦੇ ਆ, ਕੋਈ ਜਿਹੋ ਜਿਹਾ ਕੰਮ ਹੈ ਕਰਦੇ ਆ। ਠੀਕ ਹੈ, ਜੇ ਕੋਈ ਕੰਮ ਚੱਲਦਾ ਤਾਂ ਵੀ ਮਦਦ ਕਰਦੇ ਆ ਕੇ, ਟੱਪੇ ਦੀ ਕਿਸੇ ਚੀਜ਼ ਦੀ ਲੋੜ ਆ ਬੰਦਿਆਂ ਦੀ ਲਿਆ ਕੇ ਕਰਦੇ ਆ ਜੀ। ਖੰਡ ਪਾਠ ਹੈ,
ਜਾਂ ਕੋਈ ਮੱਸਿਆ ਬੁੜੀਆਂ ਆ ਕੇ ਰੋਟੀਆਂ ਹੀ ਪਕਾਉਂਦੀਆਂ, ਲੰਗਰ ਚੱਲਦਾ। ਠੀਕ ਹੈ। ਜਿਹੜੀ ਚੀਜ਼ ਲੰਗਰ 'ਚ ਬਣੀ ਹੈ ਉਹ ਇੱਥੇ ਮਿਲਦੀ ਹੈ ਜੀ। ਜਿਹੜਾ ਕੋਈ ਵੀ ਹੈ, ਚਾਹੇ ਮਾਇਆ ਚਾਹੇ ਤੂੰ, ਇਹਨਾਂ ਨੂੰ ਇਹ ਕਹਿ ਸਕ। ਠੀਕ ਹੈ। ਇਹ ਨਹੀਂ ਦਰਿਆਤ ਕਰਦੇ ਵੀ ਮੈਂ ਪਿੰਡ ਦਾ, ਤੁਸੀਂ ਬਾਹਰੋਂ ਆਏ ਹੋ ਨਾ, ਜਿਹੜੀ ਚੀਜ਼ ਬਣੀ ਹੈ ਤੁਹਾਨੂੰ ਵੀ ਉਹੀ। ਪਰ ਬਿਲਕੁਲ, ਅਸੀਂ ਹੁਣ ਬਾਹਰੋਂ ਆਏ, ਤੁਸੀਂ ਆ ਕੇ ਕਿੰਨੇ ਇੱਜ਼ਤ ਨਾਲ ਸਾਰਿਆਂ ਨੇ ਗੱਲ ਕੀਤੀ, ਪਹਿਲਾਂ ਵੀ ਬਾਪੂ ਨਾਲ ਅਸੀਂ ਕਰਕੇ। ਹਾਂਜੀ ਹਾਂ, ਨਹੀਂ ਚਾਹੀਦਾ ਵੀ ਹੈ ਜੀ, ਇਹ ਕੋਈ ਬਾਹਰ ਦਾ ਨਹੀਂ ਮਸਲਾ, ਆਪਣਾ ਤਾਂ ਗੁਆਂਢ ਹੀ ਆ ਮੈਨੂੰ। ਬਿਲਕੁਲ ਜੀ, ਬਿਲਕੁਲ। ਹਾਂ ਨਹੀਂ, ਬਹੁਤ ਸੋਹਣਾ, ਬਹੁਤ ਸੋਹਣਾ ਬਾਪੂ ਜੀ, ਤੁਸੀਂ ਸਾਂਭ ਕੇ ਰੱਖਿਆ, ਬਹੁਤ ਧੰਨਵਾਦ ਬਾਪੂ ਜੀ ਗੱਲ ਕਰਨ ਲਈ ਜੀ। ਸਾਂਭਣ ਵਾਸਤੇ ਤਾਂ ਇਹ ਆਪ ਹੀ ਇਹਦੀ ਨਿਗਾਹ ਹੈ ਜੀ। ਇਹ ਦਰਖਤ ਆਪਣੇ ਆਪ ਹੈ ਨਾ ਆਪਣੀ ਸੰਭਾਲ ਕਰਦੇ ਕਹਿ ਸਕਦੇ? ਇਹ ਜੀ ਮਤਲਬ ਆਪਦੀ ਸੰਭਾਲ ਆਪ ਹੀ ਕਰਦੇ ਆ, ਇਹ ਜਿਉਂ ਦੁਨੀਆਂ ਸਾਜੀ ਹੈ ਉਦੋਂ ਦੇ ਹੀ ਹੈ। ਠੀਕ ਹੈ ਜੀ। ਇਹ ਕੋਈ ਐਂ ਨਹੀਂ ਵੀ ਹੁਣ ਲਾਏ ਆ। ਠੀਕ ਹੈ ਜੀ। ਜਿਹੜੇ ਆਹ ਝੁੰਬੀ ਕੋਲੇ ਦਰਖਤ ਆ, ਇਹ ਤਾਂ ਅਸੀਂ ਲਾਏ ਆ ਤੂਤਾ ਤਾਂ, ਪਰ ਜਿਹੜੇ ਆਹ ਬਣ ਕਰੀਰ ਕਿੱਕਰਾਂ ਕੱਪੇ ਆ, ਇਹ ਪਹਿਲਾਂ ਜਿਉਂ ਦੁਨੀਆਂ ਸਾਜੀ ਉਦੋਂ ਦੇ ਖੜੇ ਆ ਵਿਚਾਰੇ। ਕੋਈ ਗੁਰੂ ਵੀ ਇੱਥੇ ਆ ਕੇ ਗਿਆ ਜੀ? ਦਸਵੇਂ ਆਪਾਂ ਗੱਲ ਕਰ ਲਈਏ, 10 ਗੁਰੂ ਸਿੱਖਾਂ ਦੇ ਹੋਏ, ਉਹਨਾਂ ਵਿੱਚੋਂ ਜਾਂ 10ਵੇਂ ਪਾਤਸ਼ਾਹ ਇੱਧਰ ਨੂੰ ਆਏ ਸੀ? ਇਸ ਗੱਲ ਬਾਰੇ ਨਹੀਂ ਜੀ ਪਤਾ। ਊਂ ਬਾਬੇ ਭਾਈ ਭਗਤੂ ਨੇ ਇੱਥੇ ਗਊਆਂ ਜ਼ਰੂਰ ਚਾਰੀਆਂ। ਠੀਕ ਹੈ ਜੀ। ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਦੀ ਦੇਣ ਹੈ, ਉਹਨਾਂ ਨੇ ਇੱਥੇ ਆਟੋਮੈਟਿਕ ਸੋਮਾ ਕੱਢਿਆ ਅੰਮ੍ਰਿਤਸਰ 'ਤੇ, ਇੱਕ ਚੀਜ਼ ਹੈ। ਠੀਕ ਹੈ। ਇੱਥੇ ਵੀ ਆਟੋਮੈਟਿਕ ਸੋਮਾ ਨਿਕਲਿਆ ਅਤੇ ਉੱਥੇ ਵੀ ਅਸੀਂ ਸੁਣਿਆ ਦੇਖਿਆ ਹੈ ਨਹੀਂ ਵੀ ਉੱਥੇ ਵੀ ਨਿਕਲਿਆ ਜੀ। ਇੱਥੇ ਪੌੜੀਆਂ 'ਚੋਂ ਧਾਰ ਪੈਂਦੀ ਅਸੀਂ ਦੇਖੀ ਹੈ, 5-4 ਸਾਲ ਹੋ ਗਏ ਹੋਣੇ ਉਸ ਗੱਲ ਨੂੰ, ਅਤੇ ਇੱਥੇ ਆਟੋਮੈਟਿਕ ਪਾਣੀ ਨਿਕਲਿਆ। ਠੀਕ ਹੈ ਜੀ। ਸੋ ਇਹ ਜਗ੍ਹਾ ਹੈਗੀ ਹੈ ਇਸ ਵੇਲੇ, ਪਿੰਡ ਤੁਹਾਨੂੰ ਇੱਕ ਵਾਰ ਫਿਰ ਦੱਸ ਦੇਣਾ ਚਾਹੁੰਦੇ ਕਿ ਗੋਬਿੰਦਪੁਰਾ ਪਿੰਡ ਬਠਿੰਡੇ ਦੇ ਬਿਲਕੁਲ ਲਾਗ ਪੈਂਦਾ ਇਹ ਪਿੰਡ ਆ। ਇਹ ਬਣ ਵੈਸੇ 500 ਕਿੱਲੇ ਤੋਂ ਵੱਧ ਦੇ, 500 ਵੱਧ ਤੋਂ ਕਿੱਲਿਆਂ ਦੇ ਵਿੱਚ ਇਹ ਬਣ ਜਿਹੜਾ ਫੈਲਿਆ ਹੋਇਆ, ਬਹੁਤ ਸਾਰੇ ਇੱਥੇ ਦਰਖਤ ਨੇ। ਸੋ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਤੁਹਾਨੂੰ ਆਪਾਂ ਦਿਖਾਉਂਦੇ ਚੱਲਾਂਗੇ ਇਹ ਕਿ ਬਣ ਦੇ ਵਿੱਚ, ਖਾਸ ਕਰਕੇ ਜਿਵੇਂ ਹੁਣ ਆਪਾਂ ਬਾਪੂ ਜੀ ਨਾਲ ਗੱਲ ਕੀਤੀ ਆ ਜਾਂ ਪਹਿਲਾਂ ਬਾਪੂ ਜੀ ਨਾਲ ਗੱਲ ਕੀਤੀ, ਤਾਂ ਉਹਨਾਂ ਦਾ ਖਾਸ ਕਰਕੇ ਇਹੀ ਕਹਿਣਾ ਹੈ ਕਿ ਇਹ ਬਹੁਤ ਹੀ ਪੁਰਾਣੇ ਦਰਖਤ ਨੇ, ਕਾਫੀ ਸਾਲਾਂ ਤੋਂ ਇਹ ਪੁਰਾਣੇ ਦਰਖਤ ਨੇ ਅਤੇ ਇਹਨਾਂ ਨੂੰ ਵੱਢਿਆ ਨਹੀਂ ਜਾ ਰਿਹਾ ਹੈਗਾ ਕਿਉਂਕਿ ਵੱਢਣ ਦੇ ਉੱਤੇ ਇੱਕ ਸ਼ਰਾਫ ਲੱਗਦਾ। ਇਸ ਤੋਂ ਇਲਾਵਾ ਜਿਹੜੇ ਲੋਕ ਇੱਥੇ ਝੂਠੀਆਂ ਸੌਂਹਾਂ ਖਾਂਦੇ ਉਹਨਾਂ ਨੂੰ ਵੀ ਸ਼ਰਾਫ ਲੱਗਦਾ, ਇੱਦਾਂ ਦੀ ਪਿੰਡ ਦੀ ਮਾਨਤਾ ਹੈ ਇਸ ਪਿੰਡ ਦੀ। ਤਾਂ ਹੁਣ ਅਸੀਂ ਅੱਗੇ ਜਾ ਰਹੇ ਹਾਂ, ਅੱਗੇ ਦੱਸਿਆ ਜਾ ਰਿਹਾ ਕਿ ਇੱਥੇ ਨਾ ਇੱਕ ਅੱਗੇ ਸਟੇਡੀਅਮ ਬਣਾਈ ਹੋਈ ਆ, ਬਹੁਤ ਸੋਹਣੀ ਸਟੇਡੀਅਮ ਆ ਉਹ, ਅਤੇ ਉਹ ਸਟੇਡੀਅਮ ਦੇ ਵਿੱਚ ਇੱਥੇ ਦੇ ਨੌਜਵਾਨ ਆਉਂਦੇ ਨੇ। ਇਸ ਤੋਂ ਇਲਾਵਾ ਇੱਥੇ ਦੇ ਨੌਜਵਾਨ ਖੁਦ ਇਸ ਝਿੜੀ ਨੂੰ ਸਾਂਭ ਕੇ ਰੱਖਦੇ ਨੇ, ਬੰਦਾ ਵਿਰਲਾ ਵਿਰਲਾ ਇੱਥੇ ਦਿਖ ਰਿਹਾ। ਬਿਲਕੁਲ ਪੁਰਾਣੇ ਜੰਗਲਾਂ ਵਰਗਾ ਮਾਹੌਲ ਆ, ਜਿਹੜਾ ਜੰਗਲ ਅਸੀਂ ਸੁਣਦੇ ਪੁਰਾਣੇ ਸਮੇਂ 'ਚ ਜੰਗਲੇ ਜੰਗਲ ਹੁੰਦੇ ਸੀਗੇ, ਤਾਂ ਉਸ ਤਰ੍ਹਾਂ ਦਾ ਹੀ ਇੱਥੇ ਮਾਹੌਲ ਜਿਹੜਾ ਆ ਉਹ ਦੇਖਣ ਨੂੰ ਮਿਲਦਾ ਆ। ਹਾਲਾਂਕਿ ਆਪਾਂ ਨੂੰ ਦਵਿੰਦਰ ਖਾਨਾ ਰਸਤਾ ਲੱਭਣਾ ਪਊਗਾ ਹੌਲੀ ਹੌਲੀ, ਰਸਤਾ ਕਿੱਧਰੋਂ ਪਾਸੇ ਹੋ ਸਕਦਾ ਆ। ਵੈਸੇ ਬਾਪੂ ਜੀ ਹੁਣੀ ਸਾਨੂੰ ਸਾਰਾ ਦੱਸਿਆ ਕਿ ਇਹ ਰਸਤਾ ਆਪਾਂ ਨੂੰ ਵਾਰੋ ਵਾਰ ਲੈ ਜੂਗਾ ਇੱਥੇ, ਅਤੇ ਉਹਨਾਂ ਨੇ ਖਾਸ ਕਰਕੇ ਦੱਸਿਆ ਕਿ ਹਰ ਤਰ੍ਹਾਂ ਦਾ ਇੱਥੇ ਜਾਨਵਰ, ਹਰ ਤਰ੍ਹਾਂ ਦਾ ਪੰਛੀ ਇੱਥੇ ਦੇਖਣ ਨੂੰ ਮਿਲ ਜੂਗਾ। ਪਰ ਹੁਣ ਜਿਹੜੇ ਇੱਥੇ ਲੋਕ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਲੋਕਲ, ਹੈ ਨਾ, ਅਸੀਂ ਹੁਣ ਬਾਹਰੋਂ ਆਏ ਸਾਨੂੰ ਘੱਟ ਪਤਾ ਹੈ ਇੱਥੇ ਦਾ। ਉਹਨਾਂ ਨੂੰ ਤਾਂ ਉਹ ਤਾਂ ਬਾਪੂ ਜੀ ਕਹਿੰਦੇ ਸੀ ਮੈਨੂੰ ਇੰਨਾ ਕੁ ਪਤਾ ਹੈ ਕਿ ਮੋਰ ਇੱਥੇ ਕਦੋਂ ਆਉਂਦੇ ਨੇ, ਹੈ ਨਾ, ਚੁਗਣ ਆਉਂਦੇ ਸ਼ਾਮ ਨੂੰ, ਉਹ ਕਹਿੰਦੇ ਘੰਟੇ ਡੇਢ ਘੰਟੇ ਤੱਕ ਮੋਰਾਂ ਨੇ ਇੱਥੇ ਗੇੜਾ ਮਾਰਨਾ ਹੈ, ਉਹ ਇਕੱਠੇ ਹੋ ਕੇ ਆਉਂਦੇ ਨੇ ਮੋਰ, ਉਹਨਾਂ ਨੇ ਸਾਨੂੰ ਮੋਰਾਂ ਦੇ ਖੰਭ ਵੀ ਦਿੱਤੇ ਆ। ਹਾਂ ਦੇਖੋ ਕਿੰਨਾ ਸੋਹਣਾ, ਉਹ ਸਾਹਮਣੇ ਬੱਕਰੀਆਂ ਚਾਰ ਰਿਹਾ ਬਾਪੂ। ਇਹ ਸਾਰੀ ਇੱਕ ਪੁਰਾਣੇ ਪੁਰਾਣੀ ਜਿਹੜੀ ਕਿੰਨੀ ਮਤਲਬ ਕਿ ਝਿੜੀ ਲੱਗੀ ਹੋਈ ਹੈ, ਇਹ ਸੰਭਾਲ ਕੇ ਰੱਖਿਆ ਵਾ। ਇੱਥੇ ਦੇ ਪਿੰਡ ਦੇ ਨੌਜਵਾਨਾਂ ਨੇ, ਪਿੰਡ ਦੇ ਬਜ਼ੁਰਗ ਇੱਥੇ ਆਉਂਦੇ ਨੇ, ਪਸ਼ੂ ਚਾਰਨ ਆਉਂਦੇ ਨੇ, ਤਾਂ ਬਹੁਤ ਸੋਹਣਾ ਇੱਥੇ ਮਾਹੌਲ ਜਿਹੜਾ ਦੇਖਣ ਨੂੰ ਮਿਲਿਆ। ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਕੋਈ ਜਾਨਵਰ ਮਿਲ ਜਾਵੇ, ਹੈ ਨਾ, ਕਿਉਂਕਿ ਜਾਨਵਰ ਕਿਤੇ ਨਾ ਕਿਤੇ ਆ ਗੱਡੀ ਦੇਖਿਆ ਅੱਗੇ ਪਿੱਛੇ ਵੀ ਹੋ ਜਾਂਦੇ ਹੋਣਗੇ, ਹੈ ਨਾ, ਅਤੇ ਸਾਨੂੰ ਕੋਸ਼ਿਸ਼ ਆ ਵੀ ਸਾਡੀ ਕੋਈ ਜਾਨਵਰ ਇੱਦਾਂ ਦੇਖਣ ਨੂੰ ਮਿਲ ਜਾਵੇ ਜੀ। ਤਾਂ ਦੇਖੋ ਕਿੰਨੀ ਸੋਹਣੀ ਝਿੜੀ ਲਾਈ ਉਹ, ਇਹ ਮਤਲਬ ਬਹੁਤ ਸਾਲ ਪੁਰਾਣੇ ਦਰਖਤ ਆ। ਕਹਿੰਦੇ ਬਾਬਾ ਭਗਤੂ ਕੋਈ ਹੋਏ ਨੇ ਇੱਥੇ, ਕੋਈ ਪਸ਼ੂ ਚਾਰਦੇ ਰਹੇ ਉੱਥੇ ਗਊਆਂ ਵਗੈਰਾ, ਤਾਂ ਉਹਨਾਂ ਦੇ ਵੇਲੇ ਤੋਂ ਇਹ ਜੰਗਲ ਹੈਗਾ ਆ ਇਸੇ ਤਰ੍ਹਾਂ, ਅਤੇ ਉਹਨੂੰ ਲੋਕ ਮੰਨਦੇ ਵੀ, ਇੱਥੇ ਦੀ ਮਾਨਤਾ ਵੀ ਆ, ਖਾਸ ਕਰਕੇ ਇਹਨਾਂ ਨੇ ਕਿਹਾ ਵਾ ਵੀ ਇੱਥੇ ਦੀ ਕੋਈ ਝੂਠੀ ਸੌਂਹ ਨਹੀਂ ਖਾਂਦਾ। ਉਹ ਸਾਹਮਣੇ ਮੋਰ ਹੈ ਇੱਕ,
ਪਿੱਛੇ ਜਿਹਨੂੰ ਦਵਿੰਦਰ ਮੋਰ ਸੀ ਤਾਂ ਇੱਕ ਬਾਪੂ ਨੇ ਇੱਥੇ ਦੱਸਿਆ ਕਹਿੰਦੇ ਰਿਸ਼ ਵੀ ਇੱਥੇ ਆਇਆ ਹੋਇਆ ਵਾ ਇੱਧਰ ਨੂੰ ਘੁੰਮਾ ਦਈਏ ਆਪਾਂ ਦਵਿੰਦਰ ਮਾੜਾ ਜਿਹਾ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਆ ਤੁਹਾਡਾ ਕੀ ਖਿਆਲ ਆ ਇਸ ਤਰ੍ਹਾਂ ਦੀ ਝਿੜੀ ਦੇ ਬਾਰੇ ਇੰਨੀ ਸੋਹਣੀ ਖੂਬਸੂਰਤ ਚੀਜ਼ ਦੇ ਬਾਰੇ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ ਮੈਂ ਕੈਮਰਾ ਮੈਨੂੰ ਕਹੂੰਗਾ ਦਵਿੰਦਰ ਭਾਈ ਉਹ ਸਾਹਮਣੇ ਮੋਰ ਘੁੰਮਦੇ ਦੇਖੋ ਕਿੰਨੇ ਪਿਆਰੇ ਲੱਗਦੇ ਪਏ ਉਹ ਸਾਹਮਣੇ ਮੋਰ ਨੇ ਬਹੁਤ ਵੱਡੀ ਕਾਫੀ ਵੱਡੀ ਝਿੜੀ ਹੈ ਹਾਲਾਂਕਿ ਅਸੀਂ ਪੂਰੀ ਝਿੜੀ ਜਿਹੜੀ ਆ ਉਹ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪੂਰੀ ਝਿੜੀ ਦਿਖਾ ਦਈਏ ਘੁੰਮਾ ਕੇ ਪਰ ਸਾਨੂੰ ਬਹੁਤੇ ਰਸਤਿਆਂ ਦਾ ਇੱਥੋਂ ਨਹੀਂ ਪਤਾ ਨਾ ਸਾਡੇ ਕੋਲ ਕੋਈ ਸਾਨੂੰ ਗਾਈਡ ਕਰਨ ਵਾਲਾ ਹੈ ਇੱਥੇ ਸਾਨੂੰ ਆਪਣੇ ਆਪ ਇਹਦੇ ਵਿੱਚ ਅਸੀਂ ਘੁੰਮ ਰਹੇ ਹਾਂ ਇਹ ਗਰਾਊਂਡ ਇੱਥੇ ਬਣਿਆ ਵਾ ਬਹੁਤ ਵੱਡਾ ਇੱਥੇ ਜਿੰਨਾ ਮਰਜ਼ੀ ਘੁੰਮੀ ਜਾਓ ਖਤਮ ਹੋਣ 'ਤੇ ਨਹੀਂ ਆਉਂਦਾ ਛੋਟੇ ਛੋਟੇ ਗਰਾਊਂਡ ਅਥਲੈਟਿਕਸ ਦੇ ਗਰਾਊਂਡ ਇੱਥੇ ਬਣਾਏ ਹੋਏ ਨੇ ਹਰਡਲ ਵਗੈਰਾ ਲੱਗੇ ਹੋਏ ਨੇ ਲੱਗਦਾ ਵੀ ਇੱਥੇ ਨੌਜਵਾਨ ਵੀ ਇੱਥੇ ਅੰਦਰ ਆਉਂਦੇ ਨੇ ਸੋ ਇੱਥੇ ਬਹੁਤ ਚੰਗੀ ਗੱਲ ਆ ਸੋਹਣੀ ਗੱਲ ਆ ਕਿ ਇਹਨਾਂ ਨੇ ਦੇਖੋ ਬਣ ਜਿਹੜਾ ਆ ਉਸਨੂੰ ਸਾਂਭ ਕੇ ਰੱਖਿਆ ਹੋਇਆ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਪਿੰਡ ਨੂੰ ਵੀ ਫਾਇਦਾ ਹੁੰਦਾ ਕਿਉਂਕਿ ਇਹਦੇ ਨਾਲ ਗਰਮੀ ਤੋਂ ਰਾਹਤ ਮਿਲਦੀ ਆ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਲੋਕਾਂ ਦਾ ਏਕਾ ਬਣਿਆ ਰਹਿੰਦਾ ਲੋਕਾਂ ਨੂੰ ਇਹ ਇੱਥੇ ਇਕੱਠੇ ਹੋਣ ਦਾ ਮੌਕਾ ਮਿਲਦਾ ਤਾਂ ਹੋਰ ਵੀ ਇਸ ਤਰ੍ਹਾਂ ਦੀਆਂ ਸਟੋਰੀਜ਼ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ